ਸਾਹਿਬ ਜੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖ ਬਿਖ ਖਾਹੀ ਮਾਇਆ ਮੋਹ ਭਰਮ ਪੈ ਭੁਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੇ ਗੁਰ ਰਾਮਦਾਸ ਰਾਖੋ ਸ਼ਰਨਾਈ ਸਤਨਾਮ ਵਾਹਿਗੁਰੂ ਸਾਹਿਬ ਜੀਓ ਗੁਜਰੀ ਮਹਿਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਬਿਨ ਜੀਅਰਾ ਰਹਿ ਨਾ ਸਕੈ ਜਿਉਂ ਬਾਲਕ ਖੀਰ ਅਧਾਰੀ ਅਗਮ ਅਗੋਚਰ ਪ੍ਰਭ ਗੁਰਮੁਖ ਪਾਈਐ ਆਪਣੇ ਸਤਿਗੁਰ ਕੈ ਬਲਹਾਰੀ ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਹੋ ਆਪ ਬਹੁਤ ਪਿਆਰ ਇਕਾਗਰ ਸ਼ਰਧਾ ਨਾਲ ਸਤਿਗੁਰ ਜੀ ਦੀ ਅਗੰਮੀ ਬਾਣੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਮਨ ਦੇ ਰੋਗ ਸਰੀਰ ਦੇ ਰੋਗ ਹੋਰ ਦੁੱਖ ਕਲੇਸ਼ ਸਤਿਗੁਰ ਦੇ ਅੱਗੇ ਭੇਟ ਕਰਕੇ ਸੁੱਖ ਦੁੱਖ ਇਸ ਮਨ ਕੇ ਬਿਰਥਾ ਤੁਝ ਹੀ ਆਗੈ ਸਾਰੇ ਇਹ ਮਨ ਦੀ ਸਾਰੀ ਬਿਰਥਾ ਸਾਰੇ ਕਲੇਸ਼ ਸਤਿਗੁਰ ਜੀ ਨੂੰ ਸੌਂਪ ਕੇ ਅਤੇ ਪਾਤਸ਼ਾਹ ਜੀ ਕੋਲੋਂ ਅਗਮੀ ਦਾਤ ਜਿਹੜਾ ਇਹ ਨਿਦਾਨ ਹੈ ਖਜ਼ਾਨਾ ਹੈ ਔਸ਼ਧ ਹੈ ਉਸ ਨਾਮ ਦੀ ਪ੍ਰਾਪਤੀ ਲਈ ਬਿਨੋਂ ਜੋਦੜੀ ਬੇਨਤੀ ਕਰ ਰਹੇ ਹੋ ਤਨਤਾ ਦੇ ਯੋਗ ਹੋ ਜਿੱਥੇ ਸਰੀਰ ਸਾਡਾ ਸਾਫ਼ ਧਾਨ ਇਕਾਗਰ ਚੀਤ ਹੈ ਉੱਥੇ ਮਨ ਵੀ ਸਾਫ਼ ਧਾਨ ਇਕਾਗਰ ਚੀਤ ਹੋ ਕੇ ਪ੍ਰਭੂ ਦੀ ਉਸਤਤ ਬੰਦਗੀ ਵਿਚਾਰ ਦੇ ਵਿੱਚ ਜੁੜੇ ਮਨ ਵੀ ਹਾਜ਼ਰ ਹੋਏ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਬਦ ਉਪਰੰਤ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਬਾਣੀ ਅੱਜ ਸਤਿਗੁਰੂ ਜੀ ਬਖਸ਼ਿਸ਼ ਕਰਕੇ ਵਿਚਾਰ ਕਰਾਉਣਗੇ ਆਪ ਸਾਰੀ ਸੰਗਤਾਂ ਨੂੰ ਜਿਉਂ ਆਇਆਂ ਨੂੰ ਕਰੋ ਰਸਨਾ ਪਵਿੱਤਰ ਅਸੀਸ ਬਖਸ਼ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਸਦਾ ਹਮ ਛੋਹਰੇ ਤੁਮਰੇ ਪ੍ਰਭੂ ਜੀ ਅਸੀਂ ਆਦ ਤੋਂ ਹੀ ਤੁਹਾਡੇ ਬੱਚੇ ਹਾਂ ਤੁਹਾਡੇ ਛੋਹਰੇ ਹਾਂ ਤੁਹਾਡੇ ਪੁੱਤਰ ਹਾਂ ਸਪੁੱਤਰ ਹਾਂ ਮਾੜੇ ਹਾਂ ਚੰਗੇ ਹਾਂ ਹੈ ਤੁਹਾਡੇ ਹੀ ਹਾਂ ਸਦਾ ਸਦਾ ਹਮ ਛੋਹਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਸਾਡਾ ਪਾਤਸ਼ਾਹ ਹੈ ਤੂੰ ਸਾਡਾ ਖਸਮ ਹੈ ਦਾਨਾ ਸਿਰ ਦਾਨ ਹੈ ਦੇਣ ਵਾਲਾ ਤੂੰ ਹੀ ਹੈ ਪਰ ਇੱਕ ਬਖਸ਼ਿਸ਼ ਕਰੋ ਨਾਨਕ ਬਾਰਕ ਅਸੀਂ ਬਾਰਕ ਹੈਗੇ ਹਾਂ ਤੁਮ ਮਾਤ ਪਿਤਾ ਤੁਸੀਂ ਪਿਆਰ ਇਸ ਤਰ੍ਹਾਂ ਲਡਾਉਂਦੇ ਹੋ ਜਿਸ ਤਰ੍ਹਾਂ ਮੁੱਖ ਨਾਮ ਤੁਮਾਰੋ ਖੀਰਾ ਜਿਵੇਂ ਇੱਕ ਬੱਚੇ ਨੂੰ ਦੁੱਧ ਬੱਚੇ ਦੀ ਖੁਰਾਕ ਹੈ ਇਸ ਤਰ੍ਹਾਂ ਸਿੱਖ ਦੀ ਖੁਰਾਕ ਨਾਮ ਹੈ ਗੁਜਰੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਹਰ ਬਿਨ ਜੀਅਰਾ ਰਹਿ ਨਾ ਸਕੈ ਜਿਉਂ ਬਾਲਕ ਖੀਰ ਅਧਾਰੀ ਜਿਵੇਂ ਬੱਚੇ ਨੂੰ ਦੁੱਧ ਚਾਹੀਦਾ ਇੱਥੇ ਖੀਰ ਦਾ ਅਰਥ ਚੌਲਾਂ ਵਾਲੀ ਖੀਰ ਨਹੀਂ ਖੀਰ ਦੁੱਧ ਦੇ ਲਈ ਕਿ ਜਿਸ ਤਰ੍ਹਾਂ ਦੁੱਧ ਆਧਾਰ ਹੈ ਇੱਕ ਬਾਲਕ ਦਾ ਅਤੇ ਇਸ ਤਰ੍ਹਾਂ ਹੀ ਨਾਮ ਆਧਾਰ ਹੈ ਸਿੱਖ ਦਾ ਇਸ ਮਨੁੱਖ ਨੂੰ ਸੁੱਖ ਦੇਣ ਵਾਲਾ ਇਹ ਬਾਣੀ ਆਧਾਰ ਹੈ ਇਹ ਨਾਮ ਆਧਾਰ ਹੈ ਇਹ ਸਤਿਗੁਰ ਜੀ ਦੀ ਬਾਣੀ ਦੀ ਦਾਤ ਹੈ ਅਗਮ ਅਗੋਚਰ ਪ੍ਰਭ ਗੁਰਮੁਖ ਪਾਈ ਹੈ ਆਪਣਾ ਨਾ ਮਾਣ ਨਾ ਤਾਣ ਨਾ ਤਾਕਤ ਨਾ ਗੁਣ ਨਾ ਸਮਰਥਾ ਨਾ ਗਿਆਨ ਨਾ ਧਿਆਨ ਨਾ ਸਿਮਰਨ ਨਾ ਬੰਦਗੀ ਨਾ ਕੀਰਤਨ ਕੁਛ ਵੀ ਨਹੀਂ ਚੱਲੇਗਾ ਕਿਉਂਕਿ ਉਹ ਪ੍ਰਭੂ ਅਗੋਚਰ ਹੈ ਗਿਆਨ ਇੰਦਰੀਆਂ ਤੋਂ ਵਸ ਆਉਣ ਵਾਲਾ ਨਹੀਂ ਹੈ
ਅਗਮ ਅਗੋਚਰ ਪ੍ਰਭ। ਪ੍ਰਭੂ ਜੀ ਤੁਸੀਂ ਕਿਵੇਂ ਆਓਗੇ ਸਨਮੁਖ, ਕਿਸ ਤਰ੍ਹਾਂ ਸਾਡੇ ਸਨਮੁਖ ਹੋ ਕੇ ਸਾਨੂੰ ਦਰਸ਼ਨ ਦਿਓਗੇ, ਸਾਡੇ ਹਿਰਦੇ 'ਚ ਵਸੋਗੇ? ਕਹਿੰਦੇ ਗੁਰਮੁਖ ਪਾਈਐ ਆਪਣੇ ਸਤਿਗੁਰ ਕਹਿ ਬਲਹਾਰੀ। ਗੁਰੂ ਦੇ ਸਨਮੁਖ ਬੈਠਿਆਂ ਮਿਲੇਗਾ, ਇਹ ਹੈ ਗੁਰੂ ਕੀ ਸ਼ਰਨ ਦੇ ਵਿੱਚ ਆਉਣ ਦੀ ਵਡਿਆਈ। ਤਉ ਮੈਂ ਆਇਆ ਸ਼ਰਣੀ ਆਇਆ, ਭਰੋਸਾ ਆਇਆ ਕਿਰਪਾ ਆਇਆ, ਜਿਉਂ ਭਾਵੈ ਤਿਉਂ ਰਾਖ ਲੈ। ਸਤਿਗੁਰ ਜੀ ਤੁਸੀਂ ਹੁਣ ਰਾਖ ਲਓ, ਤੁਹਾਡੇ ਮਾਰਗ 'ਤੇ ਤੁਰਾਂਗੇ। ਸਤਿਗੁਰ ਕਹਿ ਬਲਹਾਰੀ, ਬਾਰ ਨੇ ਬਲਹਾਰ ਨੇ ਲੱਖ ਵਰੀਆਂ। ਮੈਂ ਹੁਣ ਬਹੁਤ ਬੇਅੰਤ ਵਾਰੀ ਜਿੰਨਾ ਹੋ ਸਕਦਾ ਉਹਨਾਂ ਬਲਹਾਰ ਜਾਂਦੀ ਹਾਂ, ਬਸ ਤੁਸੀਂ ਮੈਨੂੰ ਆਪਣੀ ਸ਼ਰਨ ਦਿਓ ਜੀ। ਮਨ ਰੇ ਹਰ ਕੀਰਤ ਤਰ ਤਾਰੀ, ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ, ਜਿਨ ਕਉ ਕਿਰਪਾ ਤੁਮਾਰੀ ਰਹਾਉ। ਮਨ ਰੇ ਹਰ ਕੀਰਤ, ਕੀਰਤ ਹੈ ਸਿਫਤ ਸਲਾਹ ਪ੍ਰਭੂ ਦੀ, ਹਰ ਦੀ, ਵਾਹਿਗੁਰੂ ਜੀ ਦੀ। ਤਰ ਤਾਰੀ ਸਭ ਨੂੰ ਪਾਰ ਉਤਾਰਨ ਵਾਲੀ ਹੈ ਜੀ, ਕੋਈ ਨਹੀਂ, ਕੋਈ ਵਾਂਝਾ ਨਹੀਂ ਰਹੇਗਾ ਪ੍ਰਭੂ ਦੀ ਬੰਦਗੀ ਕੀਤੇ ਬਿਨਾਂ ਜਾਂ ਕਰਕੇ। ਜੇ ਬੰਦਗੀ ਨਹੀਂ ਕੀਤੀ ਤਾਂ ਫਿਰ ਤਾਂ ਹੋ ਸਕਦਾ ਕਿ ਪਾਰ ਨਾ ਲੱਗੀਏ, ਪਰ ਜੇ ਬੰਦਗੀ ਕੀਤੀ ਹੈ ਫਿਰ ਇਹ ਨਹੀਂ ਹੋ ਸਕਦਾ ਕਿ ਪਾਰ ਨਾ ਲੰਘੀਏ। ਗੁਰੂ ਰਾਮਦਾਸ ਜੀ ਕਹਿੰਦੇ ਭਰੋਸਾ ਰੱਖੋ, ਮਨ ਰੇ ਹਰ ਕੀਰਤ ਤਰ ਤਾਰੀ, ਗੁਰਮੁਖ ਨਾਮ ਅੰਮ੍ਰਿਤ ਜਲ ਪਾਈ ਹੈ। ਇਹ ਹੈ ਅੰਮ੍ਰਿਤ ਜਲ, ਜਿਹਨੂੰ ਆਪਾਂ ਸੋਹਿਲਾ ਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ। ਸਤਿਗੁਰੂ ਜੀ ਕਹਿੰਦੇ ਕਿ ਇਹ ਅੰਮ੍ਰਿਤ ਜਲ ਸਾਰੰਗ ਨੂੰ ਦੇ, ਅਤੇ ਕਬੀਰ ਸਾਹਿਬ ਦਾ ਸ਼ਬਦ ਪੜ੍ਹਦੇ ਹਾਂ ਇਸ ਜਲ ਬਾਰੇ, ਮਾਧੋ ਜਲ ਕੀ ਪਿਆਸ ਨਾ ਜਾਏ। ਇਹ ਜਲ ਹੈ ਬੰਦਗੀ ਦਾ, ਇਹ ਜਲ ਹੈ ਅੰਮ੍ਰਿਤ ਨਾਮ ਦਾ, ਔਰ ਇਸ ਜਲ ਦੀ ਪ੍ਰਾਪਤੀ ਦੇ ਲਈ ਜਲ ਮਹਿ ਅਗਨ ਉੱਠੀ ਅਧਕਾਏ, ਅੰਦਰ ਹੋਰ ਪ੍ਰੇਮ ਜਾਗ੍ਰਿਤ ਹੋਇਆ ਇਸ ਅੰਮ੍ਰਿਤ ਜਲ ਦੀ ਪ੍ਰਾਪਤੀ ਦੇ ਲਈ, ਇਸ ਅੰਮ੍ਰਿਤ ਨਾਮ ਦੀ ਪ੍ਰਾਪਤੀ ਦੇ ਲਈ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮਹਿ ਅਗਨ ਉੱਠੀ ਅਧਕਾਏ, ਤੂੰ ਜਲ ਨਿਧ ਹੋ ਜਲ ਕਾ ਮੀਨ, ਮੈਂ ਮੱਛੀ ਬਣ ਕੇ ਆਵਾਂ ਜੇ ਮੇਰੇ ਅੰਦਰ ਇਹੋ ਜਿਹੀ ਤਲਬ ਹੋਏ, ਅਤੇ ਤੂੰ ਸਰੋਤਰ ਹੋਏ ਸਾਰੇ ਗੁਣਾਂ ਦਾ ਖਜ਼ਾਨਾ ਹੋਏ। ਸਤਿਗੁਰੂ ਜੀ ਕਿਰਪਾ ਕਰੋ, ਗੁਰਮੁਖ ਨਾਮ ਅੰਮ੍ਰਿਤ ਜਲ ਪਾਈ ਹੈ, ਜਿਨ ਕਉ ਕਿਰਪਾ ਤੁਮਾਰੀ। ਉਹਨਾਂ ਨੂੰ ਹੀ ਇਹ ਪਿਆਰ ਪ੍ਰੇਮ ਰਸ ਮਿਲਦਾ ਜਿਨ੍ਹਾਂ 'ਤੇ ਤੁਸੀਂ ਬਖਸ਼ਿਸ਼ ਕਰਦੇ ਹੋ। ਰਹਾਓ ਸਨਕ ਸਨੰਦਨ ਨਾਰਦ ਮੁਨ ਸੇਵੈ, ਅਨ ਦਿਨ ਜਪਤ ਰਹੇ ਬਨਵਾਰੀ, ਸ਼ਰਣਾਗਤ ਪ੍ਰਹਿਲਾਦ ਜਨ ਆਏ, ਤਿਨ ਕੀ ਪੈਜ ਸਵਾਰੀ। ਸਨਕ ਸਨੰਦਨ ਇਹ ਦੋਨੋਂ ਬ੍ਰਹਮਾ ਜੀ ਦੇ ਪੁੱਤਰ ਨੇ, ਨਾਰਦ ਅਤੇ ਮੁਨੀ ਜਨ ਜਿੰਨੇ ਵੀ ਨੇ ਇਹ ਸਾਰੇ ਹੀ ਸੇਵਦੇ ਪਏ ਨੇ। ਸਨਕ ਸਨੰਦ ਨਾਰਦ ਮੁਨ ਸੇਵਹਿ, ਅਨ ਦਿਨ ਜਪਤ ਰਹੇ ਬਨਵਾਰੀ। ਬਨਵਾਰੀ ਪ੍ਰਭੂ ਤੁਹਾਨੂੰ ਧਿਆਉਂਦੇ ਨੇ, ਪਰ ਜਿਨ੍ਹਾਂ ਨੇ ਤੁਹਾਨੂੰ ਧਿਆਇਆ ਨਾ ਉਹਨਾਂ ਨੂੰ ਪੂਰਨ ਪ੍ਰਤਾਪ ਵੀ ਮਿਲਿਆ। ਸ਼ਰਣਾਗਤ ਪ੍ਰਹਿਲਾਦ ਜਨ ਆਏ, ਤਿਨ ਕੀ ਪੈਜ ਸਵਾਰੀ। ਭਗਤਾਂ ਕੀ ਸਦਾ ਤੂੰ ਰੱਖਦਾ ਆਇਆ, ਧੁਰ ਤੂੰ ਰੱਖਦਾ ਆਇਆ ਹਰ ਜੀਉ। ਤੁਸੀਂ ਹਮੇਸ਼ਾ ਹੀ ਭਗਤਾਂ ਦੀ ਰੱਖਦੇ ਹੋ ਸਤਿਗੁਰ ਜੀ, ਅਤੇ ਤੁਸੀਂ ਪ੍ਰਹਿਲਾਦ ਨੂੰ ਵੀ ਰੱਖ ਕੇ ਉਹਦੀ ਪੈਜ ਸਵਾਰੀ ਜੀ। ਅਲਖ ਨਿਰੰਜਨ ਏਕੋ ਵਰਤੈ, ਏਕਾ ਜੋਤ ਮੁਰਾਰੀ, ਸਭ ਜਾਚਿਕ ਤੂੰ ਏਕੋ ਦਾਤਾ, ਮੰਗੈ ਹਾਥ ਪਸਾਰੀ। ਤੁਸੀਂ ਅਲੱਖ ਹੋ ਪ੍ਰਭੂ ਜੀ, ਲਖੇ ਨਹੀਂ ਜਾ ਸਕਦੇ। ਨਿਰਅੰਜਨ, ਨਿਰੰਜਨ ਜਿਹਨੂੰ ਪੜ੍ਹਦੇ ਹਾਂ, ਮਾਇਆ ਦੀ ਕਾਲਖ ਤੋਂ ਪਰਾਂ ਹੋ। ਅਲੱਖ ਨਿਰੰਜਨ ਏਕੋ ਵਰਤੈ, ਏਕਾ ਜੋਤ ਮੁਰਾਰੀ, ਸਾਰਿਆਂ ਦੇ ਵਿੱਚ ਇੱਕੋ ਹੀ ਰੂਪ 'ਚ ਹਾਜ਼ਰ ਹੋ, ਕਿਸੇ ਦੇ ਵਿੱਚ ਵੱਧ ਘੱਟ ਨਹੀਂ। ਇਹ ਤਾਂ ਸਾਡੀ ਅੱਖ ਹੈ, ਸਾਡੀ ਨਜ਼ਰ ਹੈ, ਕੋਈ ਸਾਨੂੰ ਛੋਟਾ ਦਿਸਦਾ, ਕੋਈ ਵੱਡਾ ਦਿਸਦਾ। ਸਾਨੂੰ ਮਾਇਆ ਦੇ ਪਸਾਰੇ ਦੇ ਵਿੱਚ ਕਿ ਬੜੇ ਬੜੇ ਜੋ ਦਿਸ ਹੈ ਲੋਕ, ਤਿੰਨਕੋ ਵਿਆਪੈ ਚਿੰਤਾ ਰੋਗ, ਤੁਹਾਨੂੰ ਇਹ ਦਿਸਦਾ, ਸਾਨੂੰ ਇਹ ਨਹੀਂ ਦਿਸਦਾ। ਤੁਹਾਨੂੰ ਇਹ ਦਿਸਦਾ ਕੌਣ ਵੱਡਾ, ਮਾਇਆ ਵਡਿਆਈ, ਸਾਨੂੰ ਇਹ ਦਿਸਦਾ ਕਿ ਇਹ ਵੱਡੇ ਨੇ ਇਸ ਕਰਕੇ। ਪਰ ਸਤਿਗੁਰੂ ਜੀ ਨੇ ਨਿਰਣਾ ਕੀਤਾ ਜੀ, ਕਹਿੰਦੇ ਜਿਨ ਕੈ ਪੱਲੈ ਧਨ ਵਸੈ ਤਿਨਕਾ ਨਾਉ ਫਕੀਰ। ਇੱਥੇ ਫਕੀਰ ਦਾ ਮਤਲਬ ਦਰਵੇਸ਼ ਬੰਦਗੀ ਕਰਨ ਵਾਲਾ ਨਹੀਂ, ਫਕੀਰ ਦਾ ਮਤਲਬ ਹੈ ਭਿਖਾਰੀ। ਇਕੱਲਾ ਜਿਨ੍ਹਾਂ ਦੇ ਕੋਲ ਦੁਨੀਆਂ ਦਾ ਧਨ ਹੈ ਉਹ ਭਿਖਾਰੀ ਹੀ ਨੇ, ਪਰ ਜਿਨ ਕਹਿ ਪੱਲੈ ਤੂੰ ਵਸੈ ਤੇ ਨਰ ਗੁਣੀ ਗਹੀਰ। ਗਹੀਰ ਕਹਿੰਦੇ ਅੰਤ ਨਹੀਂ ਪਾਇਆ ਜਾ ਸਕਦਾ ਉਹਨਾਂ ਦੇ ਗੁਣਾਂ ਦਾ। ਸਾਹਿਬ ਜੀ ਅਲਖ ਨਿਰੰਜਨ ਇੱਕੋ ਵਰਤਾ, ਏਕਾ ਜੋਤ ਮੁਰਾਰੀ, ਇੱਕੋ ਹੀ ਸਾਰਿਆਂ ਦੇ ਵਿੱਚ ਜੋਤ, ਇੱਕੋ ਬਰਾਬਰ ਜੀ ਹੈ।
ਸਭ ਦੇ ਵਿੱਚ। ਸਤਿਗੁਰੂ ਜੀ ਸਭ ਜਾਚਕ ਤੂੰ ਏਕੋ ਦਾਤਾ ਮੰਗ ਹੈ, ਹਾਥ ਪਸਾਰੀ ਅਸੀਂ ਆਪਣੇ ਹੱਥਾਂ ਦੀ ਤਲੀਆਂ ਡੱਡ ਕੇ ਅੱਡ ਕੇ ਮੰਗਦੇ ਹਾਂ ਸਤਿਗੁਰੂ ਜੀ। ਸਾਨੂੰ ਮੰਗਣ ਲੱਗਿਆਂ ਬਿਲਕੁਲ ਸ਼ਰਮ ਨਹੀਂ ਆਉਂਦੀ, ਪਰ ਸਾਨੂੰ ਸ਼ੁਕਰਾਨਾ ਕਰਨ ਲੱਗਿਆਂ ਲਾਜ ਨਹੀਂ ਆਉਂਦੀ ਸਤਿਗੁਰੂ ਜੀ। ਤਾਂ ਹੀ ਉਹ ਕਹਿੰਦੇ ਨਾ, ਲਾਜ ਮਰੇ ਜੋ ਨਾਮ ਨਾ ਲਿਆ, ਨਾਮ ਬਿਹੂਣ ਸੁਖੀ ਸਿਉਂ ਸੋਵੈ। ਕਿਸ ਤਰ੍ਹਾਂ ਉਹ ਆਤਮਕ ਅਵਸਥਾ ਦੀ ਨੀਂਦ ਸੋ ਸਕਦੇ ਹਨ। ਸਾਰਾ ਸੰਸਾਰ ਇੱਕੋ ਹੀ ਦਾਤਾ, ਸਾਰੇ ਜਾਚਕ ਮੰਗਦੇ ਨੇ, ਸਾਰੇ ਤੁਰਡ ਪਾਸੋਂ ਪ੍ਰਭੂ ਜੀ ਮੰਗਦੇ ਪਏ ਹਾਂ ਜੀ। ਭਗਤ ਜਨਾ ਕੀ ਉਤਮ ਬਾਣੀ, ਗਾਵੇ ਅਕਥ ਕਥਾ ਨਿਤ ਨਿਆਰੀ, ਸਫਲ ਜਨਮ ਪਿਆ ਤਿਨ ਕੇਰਾ, ਆਪ ਤਰੇ ਕੁਲ ਤਾਰੀ। ਭਗਤ ਜਨ ਜਦ ਬੰਦਗੀ ਕਰਦੇ ਨੇ, ਜਿਹੜੀ ਉਹ ਮੁਖ ਤੋਂ ਗੱਲ ਕਰ, ਦੇਖੋ ਕਿੰਨਾ ਕੁ ਫਰਕ ਹੈ, ਕਿੰਨਾ ਕੁ ਫਰਕ ਹੈ। ਅਸੀਂ ਬੋਲ ਰਹੇ ਹਾਂ, ਸਾਡੀ ਦੁਨੀਆ ਦੀ ਬੋਲਚਾਲ ਹੈ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਬੋਲ ਰਹੇ ਨੇ, ਅਤੇ ਉਹ ਹੈ ਜੈਸੀ ਮੈਂ ਆਵੈ ਖਸਮ ਖਸਮ। ਕਿੱਡਾ ਕੁ ਫਰਕ ਹੈ, ਬੋਲਣਾ ਇੱਕੋ ਜਿਹਾ ਪਰ ਬੋਲਣ ਦੇ ਅੰਦਰ ਜਿਹੜਾ ਫਰਕ ਹੈ ਕਿ ਜਦ ਗੁਰੂ ਬਾਬਾ ਜੀ ਬੋਲਦੇ ਤਾਂ ਉਹ ਤੁਰਕੀ ਬਾਣੀ ਬੋਲਦੇ ਹੈ, ਜੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬੋਲਦੇ ਆ ਤਾਂ ਉਹ ਇਹ ਬੋਲਦੇ ਆ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਸਤਿਗੁਰੂ ਜੀ ਦੀ ਇਹ ਬਖਸ਼ਿਸ਼ ਹੈ। ਜੇ ਹੋਰ ਪਾਤਸ਼ਾਹ ਜੀ ਦੇ ਸ਼ਬਦ ਨੂੰ ਖੋਲੀਏ, ਅਸੀਂ ਬੋਲ ਬਾਣੀ 'ਚ ਗੱਲਬਾਤ ਕਰ ਰਹੇ ਹਾਂ ਅਤੇ ਪਾਤਸ਼ਾਹ ਜੀ ਕਹਿੰਦੇ ਹਾਂ ਆਪੋ ਬੋਲਣਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀਓ। ਜੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੱਲ ਕਰੀਏ, ਅਸੀਂ ਗੱਲਬਾਤ ਕਰ ਰਹੇ ਹਾਂ, ਸਾਡੀ ਸਾਰੀ ਬਾਣੀ ਕੱਚੀ ਹੈ, ਕੂੜ ਕੂੜਾ ਨੇਹੋ ਲੱਗਾ ਵਿਸਰਿਆ ਕਰਤਾਰ, ਸਾਡਾ ਇਹ ਹਾਲ ਹੈ। ਪਰ ਸਤਿਗੁਰੂ ਜੀ ਕੀ ਕਹਿੰਦੇ ਆ, ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਇਹ ਬਾਣੀ ਨਾ ਬੜੀ ਸੱਚੀ ਹੈ, ਇਹ ਬਾਣੀ ਗਾਉਣ ਵਾਲਾ ਵੀ ਸੱਚਾ। ਜਿਹੜਾ ਇਸ ਬਾਣੀ ਨੂੰ ਗਾਉਂਦਾ ਨਾ, ਫਿਰ ਉਹਦੇ ਬੋਲ ਬਾਣੀ ਕੀ ਹੁੰਦੇ ਆ। ਗੁਰੂ ਅਮਰਦਾਸ ਜੀ, ਅੰਦਰੋਂ ਜਿਨਕਾ ਮੂੰਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਇ, ਉਹਨਾਂ ਦੀ ਜਿਹੜੀ ਬੋਲ ਬਾਣੀ ਹੁੰਦੀ ਹੈ ਨਾ, ਇਹ ਬਾਣੀ ਸ਼ਬਦ ਬਾਣੀ ਲਈ ਨਹੀਂ ਹੈ। ਇੱਥੇ ਲਫ਼ਜ਼ ਜਿਹੜਾ ਉੱਤਮ ਬਾਣੀ ਆਇਆ, ਇਹ ਬੋਲ ਬਾਣੀ ਲਈ ਆਇਆ। ਜਿਹੜੇ ਭਗਤ ਬੋਲਦੇ ਨੇ ਨਾ, ਫਿਰ ਉਹ ਕੌੜਾ ਬੋਲਣਾ ਜਾਣਾ ਪੂਰਨ ਭਗਵਾਨ ਹੈ, ਉਹ ਮਾੜਾ ਨਹੀਂ ਬੋਲਦੇ। ਭਗਤ ਜਨਾ ਕੀ ਉੱਤਮ ਬਾਣੀ, ਉਹਨਾਂ ਦੀ ਮੁੱਖ ਤੋਂ ਨਿਕਲੀ ਹੋਈ ਬਾਤ ਬੜੀ ਉੱਤਮ ਹੁੰਦੀ ਹੈ। ਗਾਵਹਿ ਅਕਤ ਕਥਾ ਨਿਤ ਨਿਆਰੀ, ਜਦ ਉਹ ਪ੍ਰਭੂ ਦੀ ਉਸਤਤ ਗਾਉਂਦੇ ਨੇ ਕਰਦੇ ਨੇ, ਨਿਆਰੀ ਤੋਂ ਨਿਆਰੀ ਗੱਲ ਉਹ ਪ੍ਰਭੂ ਦੀ ਸਾਹਮਣੇ ਰੱਖਦੇ ਨੇ, ਜਿਹੜਾ ਅਸ਼ਚਰਜਤਾ ਪੈਦਾ ਕਰਦੀ ਹੈ। ਸਫਲ ਜਨਮ ਭਇਆ ਤਿਨ ਕੇਰਾ, ਆਪ ਤਰੇ ਕੁਲ ਤਾਰੀ। ਉਹਨਾਂ ਦਾ ਜੀਵਨ ਸਫਲ ਹੈ, ਆਪ ਵੀ ਤਰੇ ਤੇ ਦੂਜਿਆਂ ਨੂੰ ਆਪਣੀ ਕੁਲ ਨੂੰ ਵੀ ਤਾਰਿਆ ਜੀ। ਮਨ ਮੁਖ ਦੁਬਦਾ ਦੁਰਮਤ ਵਿਆਪੇ, ਜਿਨ ਅੰਤਰ ਮੋਹ ਗੁਬਾਰੀ, ਸੰਤ ਜਨਾ ਕੀ ਕਥਾ ਨਾ ਪਾਵੇ, ਓਏ ਡੂਬੇ ਸਣ ਪਰਵਾਰੀ। ਮਨਮੁੱਖਾਂ ਨੂੰ ਇਹ ਬਾਣੀ ਨਹੀਂ ਚੰਗੀ ਲੱਗਦੀ, ਭਗਤਾਂ ਦੇ ਬੋਲ ਨਹੀਂ ਚੰਗੇ ਲੱਗਦੇ। ਜੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਇਹ ਕੋਈ ਸਰੀਰ ਦੀ ਮਥਾਜ ਨਹੀਂ ਹੈ ਬਾਣੀ, ਹਰ ਕਰਤਾ ਇਹ ਕਰਤਾ ਕਰ ਕਢਾ ਰਿਹਾ, ਹਰ ਕਰਤਾ ਆਪ ਮੂੰਹੋਂ ਕਢਾਏ, ਇਹ ਬਾਣੀ ਇਸ ਤਰ੍ਹਾਂ ਸਮਝੋ। ਪਰ ਮਨਮੁੱਖਾਂ ਨੂੰ ਨਹੀਂ ਪਾਉਂਦੀ। ਮਨਮੁੱਖ ਦੁਬਦਾ ਦੁਰਮਤ ਵਿਆਪੇ, ਦੁਬਦਾ ਦੇ ਵਿੱਚ ਮਨ ਹੈ, ਦੁਰਮਤ ਹੈ, ਮਾੜੀ ਮਤ ਹੈ। ਜਿਨ ਅੰਤਰ ਮੂੰਹੋਂ ਗੁਬਾਰੀ, ਮੂੰਹ ਦਾ ਗੁਬਾਰ, ਪਰ ਜਿਸ ਦੇ ਅੰਦਰ ਮੂੰਹ ਟੁੱਟ ਗਿਆ ਨਾ, ਅੰਦਰੋਂ ਜਿਨਕਾ ਮੂੰਹ ਟੁੱਟਾ, ਜੇ ਮੋਹ ਹੈ ਤੇ ਗੁਬਾਰ ਹੈ, ਜੇ ਮੋਹ ਟੁੱਟ ਗਿਆ ਤਿਨਕਾ ਸ਼ਬਦ ਸੱਚੇ ਸਵਾਰ ਹੈ। ਆ ਇੰਨੀ ਕੁ ਖੇਡ ਹੈ, ਪਰ ਹੈ ਬੜੀ ਔਖੀ ਹੈ। ਖਨਿਓ ਤਿੱਖੀ ਵਾਲੋ ਨਿੱਕੀ, ਇਹ ਤਮਾਰਕ ਜਾਣਾ। ਸਾਹਿਬ ਜੀ ਕਹਿੰਦੇ ਸੰਤ ਜਨਾ ਕੀ ਕਥਾ ਨਾ ਭਾਵੈ, ਉਹਨਾਂ ਨੂੰ ਗੱਲ ਨਹੀਂ ਚੰਗੀ ਲੱਗਦੀ, ਫਿਰ ਨਾ ਗੁਰੂ ਦੀ ਅਤੇ ਨਾ ਭਗਤਾਂ ਦੀ, ਨਾ ਸੰਤ ਜਨਾਂ ਦੀ। ਉਹ ਡੁੱਬੇ ਸਣ ਪਰਿਵਾਰੀ, ਆਪ ਵੀ ਡੁੱਬਦੇ ਨੇ ਤੇ ਸਾਰਾ ਪਰਿਵਾਰ ਲੈ ਡੁੱਬਦੇ ਨੇ ਜੀ। ਨਿੰਦਕ ਨਿੰਦਾ ਕਰ ਮਲ ਧੋਵੈ, ਉਹ ਮਲ ਪੱਖ ਮਾਇਆ ਤਾਰੀ, ਸੰਤ ਜਨਾ ਕੀ ਨਿੰਦਾ ਵਿਆਪੇ, ਨਾ ਉਰਵਾਰ ਨਾ ਪਾਰੀ। ਮਨਮੁੱਖਾਂ ਤੋਂ ਬਾਅਦ ਨਿੰਦਕਾਂ ਦਾ ਸੁਭਾਅ ਕੀ ਹੈ? ਨਿੰਦਕ ਨਿੰਦਾ ਕਰ ਮਲ ਧੋਵੈ, ਮੈਲ ਧੋਂਦੇ ਨੇ ਜੀ। ਕਰਦੇ ਕੀ ਨੇ? ਉਹ ਮਲ ਭੱਖ, ਭੱਖ ਕਹਿੰਦੇ ਖਾਣਾ, ਦੂਜਿਆਂ ਦੀ ਮਲ ਨੂੰ ਮੈਲ ਨੂੰ ਖਾ ਰਹੇ ਨੇ। ਮਾਇਆ ਧਾਰੀ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ, ਕਿਹਾ ਨਿੰਦਾ ਚੁਗਲੀ, ਇਹ ਵਾਲਾ ਰੋਲ ਕਚੋਲਾ ਬਾਹਰ ਵੀ ਅਤੇ ਅੰਦਰ ਵੀ। ਕਹਿੰਦੇ ਇਹ ਹੈ ਸੁਭਾਅ ਸੰਤ ਜਨਾ ਕੀ ਨਿੰਦਾ ਵਿਆਪੇ, ਜਿਹਨੂੰ ਇਹ ਬਿਮਾਰੀ ਲੱਗ ਗਈ
ਵਿਆਪੇ ਕਹਿੰਦੇ ਇਹ ਚਿੰਬੜ ਗਈ ਗੱਲ, ਆਹ ਗਲਤਾਨ ਹੋ ਗਿਆ ਬੰਦਾ ਸੰਤ ਜਨਾਂ ਦੀ ਨਿੰਦਾ ਕਰਨ ਦੇ ਵਿੱਚ। ਸਤਿਗੁਰ ਜੀ ਕਹਿੰਦੇ ਨਾ ਉਰਵਾਰ ਨਾ ਪਾਰੀ, ਨਾ ਜ਼ਿੰਦਗੀ ਅਤੇ ਨਾ ਦਰਗਾਹ, ਕਹਿੰਦੇ ਨਾ ਇਸ ਪਾਸੇ ਨਾ ਉਸ ਪਾਸੇ, ਦੋਨੋਂ ਖੇਡ ਹਾਰ ਜਾਂਦੇ ਨੇ ਜੀ। ਇਹ ਪਰਪੰਚ ਖੇਲ ਕੀ ਆ ਸਭ ਕਰਤੈ ਹਰ ਕਰਤੈ ਸਭ ਕਲ ਤਾਰੀ, ਜਪੋ ਜੀ ਹਰ ਇੱਕੋ ਸੂਤ ਵਰਤੈ ਜੁਗ ਅੰਤਰ ਸੂਤ ਖਿੰਚੈ ਏਕੰਕਾਰੀ। ਇਹ ਪਰਪੰਚ ਇਹ ਖੇਡ, ਕਹਿੰਦੇ ਇਹ ਸਾਰੀ ਸਤਿਗੁਰ ਜੀ ਦੀ ਖਿਲਾਰੀ ਹੋਈ ਮਾਇਆ, ਇਹ ਕਲਾ, ਇਹ ਪਰਪੰਚ ਖੇਲ ਕੀ ਆ ਸਭ ਕਰਤਾ। ਨਾ ਨਿੰਦਕ ਨੂੰ ਅਸੀਂ ਮਾੜਾ ਕਹਿ ਸਕਦੇ ਹਾਂ, ਨਾ ਮਾਇਆਧਾਰੀ ਨੂੰ ਮਾੜਾ ਕਹਿ ਸਕਦੇ ਹਾਂ, ਨਾ ਕਿਸੇ ਨੂੰ। ਕਿਉਂ? ਕਿਉਂਕਿ ਇਹ ਖੇਡ ਹੀ ਪ੍ਰਭੂ ਦਾ। ਗੁਰੂ ਰਾਮਦਾਸ ਜੀ ਗਾਲੀ ਮੁਕਾਉਂਦੇ ਆ, ਇਹ ਪਰਪੰਚ ਖੇਲ ਕੀ ਆ ਸਭ ਕਰਤਾ ਹਰ ਕਰਤਾ ਸਭ ਕਲ ਧਾਰੀ। ਤਾਕਤ ਕਲਾ ਪ੍ਰਭੂ ਜੀ ਦੀ ਹੈ, ਹਰੇਕੋ ਸੂਤ ਵਰਤਾ ਜਗ ਅੰਤਰ। ਨਾ ਇੱਥੇ ਮਾਇਆਧਾਰੀਆਂ ਦਾ ਸਿੱਕਾ ਚੱਲਣਾ ਅਤੇ ਨਾ ਇੱਥੇ ਨਿੰਦਕਾਂ ਦੀ ਗੱਲ ਚੱਲਣੀ ਹੈ, ਕਹਿੰਦੇ ਇੱਥੇ ਕਿਸੇ ਦੀ ਨਹੀਂ ਚੱਲਣੀ। ਸੂਤ ਪ੍ਰਭੂ ਦੇ ਹੱਥ ਹੈ, ਸਾਰੇ ਕੋਈ ਸੂਤ ਦੇ ਵਿੱਚ ਧਾਗੇ 'ਚ ਬੰਨੇ ਹੋਏ ਆ। ਸੂਤ ਖਿੱਚੈ ਏਕੰਕਾਰੀ, ਜਿਸ ਦਿਨ ਸੂਤ ਖਿੱਚ ਲਿਆ ਪ੍ਰਭੂ ਨੇ, ਇਹ ਸਭ ਇੱਕੋ ਹੀ ਰੂਪ ਹੋ ਜਾਏਗਾ, ਭਾਵ ਸਭ ਗੁਰੂ ਦੇ ਵਿੱਚ ਸਮਾ, ਪ੍ਰਭੂ ਦੇ ਵਿੱਚ ਸਮਾ ਜਾਏਗਾ ਜੀ। ਰਸਨ ਰਸਨ ਰਸ ਗਾਵੈ ਹਰ ਗੁਣ ਰਸਨਾ ਹਰ ਰਸ ਤਾਰੀ, ਨਾਨਕ ਹਰ ਬਿਨ ਅਵਰ ਨਾ ਮੰਗਉ ਹਰ ਰਸ ਪ੍ਰੀਤ ਪਿਆਰੀ। ਬਸ ਉਹ ਚੰਗੇ ਲੱਗਦੇ ਨੇ ਗੁਰੂ ਰਾਮਦਾਸ ਜੀ ਨੂੰ ਜਿਹੜੇ ਰਸਨ ਰਸਨ ਰਸ ਗਾਵੈ ਹਰ ਗੁਣ, ਰਸ ਲੈ ਕੇ ਪ੍ਰਭੂ ਦੇ ਗੁਣਾਂ ਨੂੰ ਗਾਉਂਦੇ ਆ। ਹਜੇ ਰਸ ਲੈ ਕੇ ਹੋਰ ਬੜੇ ਪਦਾਰਥ ਅਸੀਂ ਲੈ ਰਹੇ ਹਾਂ, ਹੋਰ ਦੁਨੀਆਂ ਦੇ ਵਿੱਚ ਭੁੰਝ ਰਹੇ ਹਾਂ। ਗੱਲਾਂ ਦਾ ਵੀ ਰਸ ਹੈ, ਪਦਾਰਥਾਂ ਦਾ ਵੀ ਰਸ ਹੈ, ਭੋਜਨ ਦਾ ਵੀ ਰਸ ਹੈ, ਹਰ ਤਰ੍ਹਾਂ ਦਾ, ਦੇਖਣੀ ਦਾ ਵੀ ਰਸ ਹੈ, ਤੱਕਣੀ ਦਾ ਵੀ ਰਸ, ਰਸਾਂ ਦਾ ਅੰਤ ਹੀ ਨਹੀਂ ਹੈ। ਪਰ ਕਹਿੰਦੇ ਇਸ ਤਰ੍ਹਾਂ ਪ੍ਰਭੂ ਦੀ ਬਾਣੀ ਦਾ ਵੀ ਰਸ ਮਹਾਰਸ ਹੈ। ਜੇ ਇਹ ਰਸ ਆ ਗਿਆ, ਕਹਿੰਦੇ ਇਸ ਰਸ ਦੇ ਚੱਖਣ ਦੇ ਨਾਲ ਸਭ ਭੁੱਲ ਜਾਣਗੇ। ਰਸਨ ਰਸਨ ਰਸ ਗਾਵੈ ਹਰ ਗੁਣ ਰਸਨਾ ਹਰ ਰਸ ਧਾਰੀ, ਇਸ ਰਸ ਨੂੰ ਗਾਉਂਦੇ ਗਾਉਂਦੇ ਇਹ ਇਹ ਰਸਨਾ ਵੀ ਪ੍ਰਭੂ ਦੇ ਰਸ ਦੀ ਧਾਰਨੀ ਹੋ ਜਾਏਗੀ। ਫਿਰ ਜਦ ਇਸ ਰਸਨਾ ਤੋਂ ਕੁਝ ਨਿਕਲੇਗਾ ਤੇ ਇਹ ਪ੍ਰਭੂ ਦੀ ਬੰਦਗੀ ਨਿਕਲੇਗੀ। ਇਹ ਨਹੀਂ ਕਿ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਨਹੀਂ, ਇਹਦੇ ਵਿੱਚ ਪ੍ਰਭੂ ਦੀ ਰਸਨਾ, ਇਹ ਮਿੱਠੇ ਹਰ ਗੁਣ ਗਾਓ, ਪ੍ਰਭੂ ਦੇ ਗੁਣ ਗਾਏਗੀ ਇਹ ਰਸਨਾ। ਨਾਨਕ ਹਰ ਬਿਨ ਅਵਰ ਨਾ ਮੰਗੋ, ਪ੍ਰਭੂ ਜੀ ਹੋਰ ਕੁਛ ਨਹੀਂ ਮੰਗਦਾ ਮੈਂ, ਹਰ ਰਸ ਪ੍ਰੀਤ ਪਿਆਰੀ। ਕਿਹੜੀ ਪ੍ਰੀਤ ਹੈ? ਪ੍ਰਭੂ ਦੀ ਸਤਸੰਗਤ ਦੀ। ਨਾਨਕ ਹਰ ਬਿਨ ਅਵਰ ਨਾ ਮੰਗੋ, ਮੈਂ ਕੁਛ ਨਹੀਂ ਮੰਗਦਾ, ਬਸ ਮੈਨੂੰ ਇਸ ਜ਼ੁਬਾਨ ਤੋਂ ਪ੍ਰਭੂ ਜੀ ਆਪਣੀ ਬਾਣੀ ਰਸ ਭਰਪੂਰ ਗਾਉਣ ਦੀ ਜਾਚ ਬਖਸ਼ੋ, ਤਾਂ ਕਿ ਇਹ ਪ੍ਰੀਤ ਮੇਰੇ ਅੰਦਰ ਪੈਦਾ ਹੋਏ ਜੀ। ਗੁਜਰੀ ਮਹਿਲਾ ਪੰਜਵਾ ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਰਾਜਨ ਮੈਂ ਤੂੰ ਰਾਜਾ ਕਹੀਐ ਪੂਮਨ ਮੈਂ ਪੂਮਾਂ, ਠਾਕੁਰ ਮੈਂ ਠਕੁਰਾਈ ਤੇਰੀ ਕੋਮਨ ਸਿਰ ਕੋਮਾਂ। ਇਸ ਲੜੀ ਦੇ ਹੁਣ ਜਿਹੜਾ ਆਹ ਵਾਲਾ ਸ਼ਬਦ ਅਤੇ ਅਗਲਾ ਸ਼ਬਦ, ਪਹਿਲੇ ਜਿੰਨੇ ਕੁ ਆਪਾਂ ਬਾਹਰ ਦੇ ਪਸਾਰੇ ਦੇਖ ਰਹੇ ਹਾਂ, ਜਿੰਨਾ ਕੁ ਬਾਹਰ ਦਾ ਪਸਾਰਾ ਹੈ, ਜਿੰਨੀ ਕੁ ਤਾਕਤਾਂ ਨੇ, ਜਿਸ ਤਰ੍ਹਾਂ ਦੀਆਂ ਅਵਸਥਾਵਾਂ ਨੇ, ਜਿਸ ਤਰ੍ਹਾਂ ਦੇ ਬਾਹਰ ਦੀਆਂ ਪੁਜ਼ੀਸ਼ਨਸ ਨੇ, ਜਿਹੜੇ ਜਿਹੜੇ ਅਸੀਂ ਬਲ ਦੇਖਦੇ, ਤਾਕਤਾਂ ਦੇਖਦੇ, ਪਸਾਰਾ ਦੇਖਦੇ, ਉਸ ਪਸਾਰੇ ਦੇ ਵਿੱਚ ਅਸੀਂ ਜੇ ਪ੍ਰਭੂ ਜੀ ਨੂੰ ਵੇਖੀਏ ਤਾਂ ਪ੍ਰਭੂ ਜੀ ਉਸ ਸਾਰੇ ਪਸਾਰੇ ਦੇ ਸਿਰਮੌਰ ਦਿਸਣਗੇ। ਭਾਵੇਂ ਉਹ ਰਾਜਾ ਹੋਏ, ਭਾਵੇਂ ਭੂਮਨ ਹੋਏ, ਭਾਵੇਂ ਜੋਗੀ ਹੋਏ, ਭਾਵੇਂ ਜਤੀ ਜੰਗਮ ਸਾਧੂ ਸਿੱਧ ਦਾਨੀ ਹੋਏ, ਕਹਿੰਦੇ ਇਹ ਸਾਰਿਆਂ ਦਾ ਪਿਤਾ ਹੀ ਉਹ ਖਸਮ ਵਾਹਿਗੁਰੂ ਜੀ ਲੱਗੇਗਾ। ਇਹ ਸ਼ਬਦ ਵੀ ਹੈ ਸਤਿਗੁਰੂ ਜੀ ਮਹਾਰਾਜ ਜੀ ਦੀ। ਅਤੇ ਪਰ ਅਗਲਾ ਸ਼ਬਦ ਜਿਹੜਾ ਲੜੀਦਾ, ਇਹ ਬਾਹਰ ਦਾ ਪਸਾਰਾ, ਅਗਲਾ ਸ਼ਬਦ ਅੰਦਰ ਦੀ ਤਾਕਤ ਦਾ ਪਸਾਰਾ ਹੋਏਗਾ ਜੀ। ਸਰਵਣ ਕਰੋ ਗੁਜਰੀ ਮਹੱਲਾ ਪੰਜਵਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਤ ਘਰ ਦੂਜਾ ਗਾਉਣ ਦੀ ਹਿਦਾਇਤ, ਸੁਣਨ ਦੀ, ਗਾਵਣ ਦੀ ਅਤੇ ਤਾਲ ਦੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪ੍ਰਭੂ ਜੀ ਰਾਜਨ ਮਹਿ ਤੂੰ ਰਾਜਾ ਕਹੀ ਹੈ, ਰਾਜਿਆਂ ਦੇ ਵਿੱਚ ਵੱਡਾ ਰਾਜਾ ਤੁਸੀਂ ਕਹਾਉਂਦੇ ਹੋ ਆਪਣੇ ਆਪ ਨੂੰ, ਹੋ ਭੂਮਨ ਮਹਿ ਭੂਮਾ, ਇਸ ਧਰਤੀ 'ਤੇ ਕੋਈ ਜ਼ਮੀਂਦਾਰ ਆਪਣੇ ਆਪ ਨੂੰ ਵੱਡਾ ਆਖਦਾ, ਕੋਈ ਨੰਬਰਦਾਰ ਆਖਦਾ ਜੀ ਬੜੀਆਂ ਜ਼ਮੀਨਾਂ, ਪਰ ਭੂਮਨ ਮਹਿ ਭੂਮਾ ਸਭ ਤੋਂ ਜ਼ਿਆਦਾ
जे कोई जमींदारी वाली खेड है इस धरती ते ओ प्रभु जी तुहाडे कोल भूमिया सब तो वड्डे तुसी हो ठाकुर मैं ठकराई तेरी कौमन सिर कौमा कौमन इत्थे कौम दा मतलब है वो जात जिहड़ी जात दा मनुख अहंकार ते माण करदा उस जात दे विच तुसी वड्डे हो ते ठकराई दे विच तुहाडी ठकराई सब तो वड्डी है जी पिता मेरो बड़ो तनी अगमा उस्तत कवन करी जय करते पेख रहे बिस्मा रहाओ पिता मेरो सतगुरु सच्चे पातशाह जी मेरे पिता जी बड़ो धनी अगमा अगम हो तुसी वड्डे धनी हो ते की उपमा करिए जब तुहानू वेखदे आ उस्तत कवन करी जा करते पेख रहे बिस्मा हमरा मन मोहो गुर मोहन कहिंदे मेरा मन मोहया गया प्रभु जी तुहाडे दर्शन करदे हमरा मन मोहो गुर मोहन कहिंदे हुण की होया हर बिस्म भई मुख लागे कहिंदे जद तुसी सामने आए ना मैं बिस्म हो गया मैं अद्भुत परम अद्भुत बिस्मै बिस्म आश्चर्य आश्चर्य वाली अवस्था च आ गया किहड़े गुण नूं तुहाडे बयान करिए उस्तत कवन करी जा करते पेख रहे बिस्मा सिर्फ विस्माद ते वाह निकलदा है सतगुरु जी रहाओ सुखियन मैं सुखिया तू कही है दातन सिर दाता तेजन मैं तेज वंशी कही है रसियन मैं राता सुखां दे विचों वड्डे सुखी तुसी हो क्योंकि दुख भंजन ही तुहाडा नाम है दुख भंजन तेरा नाम जी दुख भंजन तेरा नाम आठ पहर आराधिया पूरन सतगुर ज्ञान सारा ज्ञान तुहाडे विच सुखियन मैं सुखिया तू कही है दातन सिर दाता दाता तुसी वड्डे दाता हो तुसी दाते हो असी पखारी हाँ दातियां दे दाते हो तेजन मैं तेज वंशी कमाल दे लफ्ज़ वरते गुरु पातशाह जी ने जे इस धरती ते किसी दा तेज है कोई तेज वंशी है किदा तेज प्रताप है कहिंदे उह सब तो वड्डे तुसी उह सारे तुहाडे तेज अगे फिक्के ने तेजन मह तेज वंशी कही है रसियन मह राता ते सारे रसां दे विच रते हुए तुसी हो जी दुनिया दा बंदा की कुछ रस माण सकदा है पर जिहड़े रस तुसी आप मान रहे हो ओ तुसी अपने रसां दे विच रसी हो जी सूरन मह सूरा तू कही है भोगन मैं भोगी ग्रस्तन मैं तू बड़ो ग्रस्ती जोगन मैं जोगी सूरन मह सूरा तू कही है सूरमियां दे विचों वड्डे सूरे भोगन मह भोगी कहिंदे भोगियां विचों वड्डे भोगी हो ग्रस्त मैं तू बड़ो ग्रस्ती जोगन मैं जोगी जोगी अंदर जोगिया तू भोगी अंदर भोगिया तेरा अंत ना पाया सुरग मच्छ पयाल जियो हौ वारी हौ वारने कुर्बान तेरे नाम नू मैं बलहार जाना प्रभु जी जोगियां च वड्डे जोगी भोगियां च वड्डे भोगी ग्रस्त दे विच वड्डी ग्रस्त तुहाडी है जी करतन मैं तू करता कही है आचारन मैं आचारी शाहन मैं तू साचा शाह वापारन मैं वापारी करतन करतन कहिंदे है क्रिएशन जिन्हों आपां कहिंदे कुछ इनवेंट करना करतन मह तू करता कही है सब तो वड्डी क्रिएशन तुहाडी क्रिएटर तुसी हो सब तो वड्डे बनाउण वाले कोई नवी चीज़ तुसी बनाउंदे हो आचारण मह आचारी कहिंदे जिहड़े धर्म दे कर्म ने उहनां दे विच तुसी वड्डे आचारी हो आचारण मह आचारी शाहन मह तू साचा शाह वड्डे शाह हो तुसी वापारण मह वापारी जे वापार दी गल आउंदी है ਤਾਂ ਵੀ ਤੁਸੀਂ ਵੱਡੇ ਵਪਾਰੀ ਹੋ ਜੀ ਦਰਬਾਰਨ ਮੈਂ ਤੇਰੋ ਦਰਬਾਰਾ ਸ਼ਰਨ ਪਾਲਨ ਟੀਕਾ ਲਖਮੀ ਕੇ ਤੱਕ ਗਨੀ ਨਾ ਜਾਈਏ ਗਨ ਨਾ ਸਕੋ ਸੀਕਾ ਦਰਬਾਰ ਦੀ ਗੱਲ ਕਰੀਏ ਤੇ ਸਾਰੇ ਜਪੋ ਜੀ ਅਤ ਉੱਚਾ ਤਾਕਾ ਦਰਬਾਰਾ ਅੰਤ ਨਹੀਂ ਕਿਛ ਬਾਰਾ ਬਾਰਾ ਕੋਈ ਅੰਤ ਹੀ ਨਹੀਂ ਪ੍ਰਭੂ ਜੀ ਤੁਹਾਡਾ ਐਸਾ ਦਰਬਾਰ ਉੱਚਾ ਲੱਗਦਾ ਸੱਚਾ ਹੈ ਕਿ ਇਹਦੇ ਵਿੱਚ ਕਹਿੰਦੇ ਦਰਬਾਰਨ ਮਹਿ ਤੇਰੋ ਦਰਬਾਰਾ ਸ਼ਰਨ ਪਾਲਕ ਟੀਕਾ ਸ਼ਰਨ ਆਏ ਨੂੰ ਤੁਸੀਂ ਆਪਣੀ ਗੋਦ ਦਿੰਦੇ ਹੋ ਟੀਕਾ ਭਾਵ ਟਿੱਕਾ ਬਖਸ਼ਦੇ ਹੋ
ਇਹ ਹੈ ਟਿੱਕਾ ਦੇਣਾ ਕਿਸੇ ਨੂੰ ਕਿ ਭਾਵ ਭਾਈ ਤੂੰ ਮੇਰਾ ਹੋ ਗਿਆ, ਮੈਂ ਤੈਨੂੰ ਆਪਣਾ ਬਣਾ ਲਿਆ, ਭਾਵੇਂ ਲੱਖ ਕਰੋੜਾਂ ਅਪਰਾਧ ਕਮਾ ਕੇ ਵੀ ਆਏ, ਕਹਿੰਦੇ ਤੁਹਾਡੀ ਸ਼ਰਨ, ਤੁਸੀਂ ਸ਼ਰਨ ਪਾਲਕ ਹੋ, ਤੁਸੀਂ ਉਹਨੂੰ ਆਪਣਾ ਟਿੱਕਾ ਆਪਣਾ ਨਿਸ਼ਾਨ ਦੇ ਦਿਓ ਕਿ ਮੈਂ ਅਵਗੁਣ ਮਾਫ਼ ਕੀਤੇ, ਮੈਂ ਤੈਨੂੰ ਆਪਣਾ ਬਣਾ ਲਿਆ, ਲਖਮੀ ਕੇਤਕ ਗਨੀ ਨਾ ਜਾਈਏ। ਕਹਿੰਦੇ ਕਿੰਨੀ ਕੁ ਲਕਸ਼ਮੀ, ਕਿੰਨੀ ਕੁ ਮਾਇਆ ਤੁਹਾਡੇ ਚਰਨਾਂ 'ਚ ਰੁਲਦੀ ਫਿਰਦੀ ਹੈ, ਕਹਿੰਦੇ ਕੋਈ ਹਿਸਾਬ ਨਹੀਂ ਲਾ ਸਕਦਾ, ਗਿਣ ਨਹੀਂ ਸਕਦਾ, ਗਨੀ ਨਾ ਜਾਈਏ, ਗਨ ਨਾ ਸਕਾਓ ਸਿੱਕਾ, ਕਿੰਨੇ ਕੁ ਸਿੱਕੇ ਤੁਹਾਡੇ ਖਸਮ ਜੀ ਤੁਹਾਡੇ ਦਰਬਾਰ 'ਚ ਪਏ ਨੇ, ਉਹਦੀ ਗਿਣਤੀ ਨਹੀਂ ਹੈ ਜੀ। ਨਾਮਨ ਮੈਂ ਤੇਰੋ ਪ੍ਰਭ ਨਾਮਾ, ਗਿਆਨਨ ਮੈਂ ਗਿਆਨੀ, ਜੁਗਤਨ ਮੈਂ ਤੇਰੀ ਪ੍ਰਭ ਜੁਗਤਾ, ਇਸ਼ਨਾਨਨ ਮੈਂ ਇਸ਼ਨਾਨੀ। ਭਾਈ ਗੁਰਦਾਸ ਜੀ ਵੀ ਕਹਿੰਦੇ ਇਸ ਧਰਤੀ 'ਤੇ ਨਾ ਕੋਈ ਗਿਆਨੀ ਹੋਇਆ ਅਤੇ ਨਾ ਕੋਈ ਧਿਆਨੀ ਹੋਇਆ ਵਾਹਿਗੁਰੂ ਜੀ ਵਰਗਾ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਇਹਦਾ ਵੀ ਜ਼ਿਕਰ ਕਰਦੇ ਆ। ਕਹਿੰਦੇ ਜੇ ਗੁਰੂ ਨੂੰ ਤੁਸੀਂ ਪਾਰ ਬ੍ਰਹਮ ਪੁਰਖ ਰੂਪ ਦੇ ਵਿੱਚ ਦੇਖ ਲਓਗੇ, ਤੁਹਾਨੂੰ ਅਹਿਸਾਸ ਹੋ ਜਾਏਗਾ ਜਿਹੜਾ ਗਿਆਨ ਧਿਆਨ ਵਾਹਿਗੁਰੂ ਜੀ ਦਾ, ਉਹੀ ਗਿਆਨ ਧਿਆਨ ਗੁਰੂ ਕੋਲ ਹੈ, ਕਿ ਕੋਈ ਭੇਤ ਨਹੀਂ ਹੈ। ਜਿੱਥੇ ਇਹ ਉਪਮਾ ਸੱਚੇ ਪਿਤਾ ਵਾਹਿਗੁਰੂ ਜੀ ਦੀ ਹੈ ਨਾ, ਉੱਥੇ ਹੀ ਇਹ ਉਪਮਾ ਗੁਰੂ ਸਾਹਿਬ ਜੀ ਦੀ ਵੀ ਹੈ। ਸਾਹਿਬ ਜੀ, ਇਹ ਵੱਡੀ ਬਖਸ਼ਿਸ਼ ਹੈ। ਨਾਮਨ ਮਹਿ ਤੇਰੋ ਪ੍ਰਭ ਨਾਮਾ, ਵੱਡਾ ਨਾਮ ਹੈ ਤੁਹਾਡਾ ਨਾਮਾਂ ਵਿੱਚੋਂ। ਗਿਆਨਨ ਮਹਿ ਗਿਆਨੀ, ਜੁਗਤਨ ਮਹਿ ਤੇਰੀ ਪ੍ਰਭ ਜੁਗਤਾ, ਤੁਹਾਡੀਆਂ ਜੁਗਤਾਂ ਨੂੰ ਕੌਣ ਖੋਲ ਸਕਦਾ, ਕੌਣ ਸਮਝ ਸਕਦਾ? ਸਤਿਗੁਰ ਜੀ, ਇਸ਼ਨਾਨਨ ਮਹਿ ਇਸ਼ਨਾਨੀ, ਪਵਿੱਤਰ ਵਿੱਚੋਂ ਪਵਿੱਤਰ ਦੀ ਜੇ ਗੱਲ ਕਰੀਏ ਤੇ ਤੁਸੀਂ ਹੋ ਜੀ। ਸਿੱਧਨ ਮਹਿ ਤੇਰੀ ਪ੍ਰਭ ਸਿੱਧਾ, ਕਰਮਨ ਸਿਰ ਕਰਮਾ, ਆਗਿਆ ਮਹਿ ਤੇਰੀ ਪ੍ਰਭ ਆਗਿਆ, ਹੁਕਮਨ ਸਿਰ ਹੁਕਮਾ। ਸਿੱਧਨ ਮੈਂ ਤੇਰੀ ਪ੍ਰਭ ਸਿੱਧਾ, ਸਿੱਧ ਵੀ ਤੁਸੀਂ ਹੋ, ਜੋਗੀ ਵੀ ਤੁਸੀਂ ਹੋ। ਸਤਿਗੁਰੂ ਜੀ, ਤੁਹਾਡੀ ਸਿੱਧੀ ਪਰਮ ਸਿੱਧੀ ਹੈ ਜੀ। ਕਰਮਨ ਸਿਰ ਕਰਮਾ, ਉੱਦਮੀ, ਕਰਮ ਕਰਨ ਲੱਗਿਆਂ ਤੁਹਾਡੇ ਤੋਂ ਉੱਤੇ ਸਿਰਮੌਰ ਕੋਈ ਨਹੀਂ ਹੈ। ਦੁਨੀਆਂ ਦੇ ਸਾਰੇ ਲੋਕ ਤੁਹਾਡੇ ਤੋਂ ਉੱਦਮ ਮੰਗਣ ਆਉਂਦੇ ਆ, ਉੱਦਮ ਕਰੋ ਕਰਾਵੋ ਠਾਕੁਰ ਪੇਖਤ ਸਾਧੂ ਸੰਗੇ। ਇਹ ਕਰਮਨ ਤੁਹਾਡਾ ਸਿਰਮੌਰ ਹੈ, ਉੱਦਮ ਤੁਸੀਂ ਬਖਸ਼ਣ ਵਾਲੇ ਹੋ ਅਤੇ ਉੱਦਮ ਦੇ ਵਿੱਚ ਸਿਰਮੌਰ ਹੋ। ਕਰਮਨ ਸਿਰ ਕਰਮਾ, ਆਗਿਆ ਮਹਿ ਤੇਰੀ ਪ੍ਰਭ ਆਗਿਆ, ਸਭ ਤੋਂ ਵੱਡੀ ਆਗਿਆ ਜੀ, ਸਭ ਤੋਂ ਵੱਡੀ ਤੁਹਾਡੀ ਇਖਤਿਆਰ ਵਾਲੀ ਬਿਰਤੀ ਹੈ। ਹੁਕਮਨ ਸਿਰ ਹੁਕਮਾਂ, ਹੁਕਮਾਂ ਦੇ ਵਿੱਚੋਂ ਹੁਕਮ ਦੇਣ ਵਾਲੇ ਤੁਸੀਂ ਹੋ ਜੀ। ਜਿਉਂ ਬੋਲਾਵਹਿ ਤਿਉਂ ਬੋਲੇ ਸਵਾਮੀ, ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਜਿਸ ਤਰ੍ਹਾਂ ਬੁਲਾਉਂਦੇ ਹੋ ਉਹ ਇਹ ਜਨ ਉਸ ਤਰ੍ਹਾਂ ਹੀ ਬੋਲ ਸਕਦਾ ਹੈ ਜੀ। ਬੇਸ਼ੁਮਾਰ ਅਥਾਹ ਅਗਨਤ ਅਤੋਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਅਗਲੀ ਤੁਕ ਬੜੀ ਕੀਮਤੀ ਹੈ ਜੀ। ਜਿਉਂ ਬੁਲਾਵੇ ਹੈ ਤਿਉਂ ਬੋਲੇ ਸਵਾਮੀ, ਕੁਦਰਤ ਕਵਨ ਹਮਾਰੀ। ਇੱਥੇ ਕੁਦਰਤ ਦਾ ਮਤਲਬ ਹੈ ਤਾਕਤ, ਸਮਰਥਾ, ਔਕਾਤ। ਸਾਡੀ ਕੀ ਔਕਾਤ ਹੈ ਪ੍ਰਭੂ ਜੀ? ਤੇਰੇ ਕਮਣ ਕਮਣ ਗੁਣ ਕਹਿ ਕਹਿ ਕਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕੋ। ਇਹ ਮਹਿਮਾ ਦਾ ਸ਼ਬਦ ਹੈ, ਇਹ ਸਿਰਮੌਰ ਸ਼ਬਦ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਉਸ ਵਾਹਿਗੁਰੂ ਜੀ ਦੀ ਮਹਿਮਾ ਨੂੰ ਬਿਆਨ ਕਰਨ ਵਾਲਾ ਸਿਰਮੌਰ ਵਿੱਚੋਂ ਸਿਰਮੌਰ ਸ਼ਬਦ ਹੈ ਕਿ ਸਤਿਗੁਰ ਜੀ ਦੀ ਇੰਨੀ ਵਡਿਆਈਆਂ, ਇੰਨੀਆਂ ਵਡਿਆਈਆਂ ਇੱਕ ਸ਼ਬਦ ਦੇ ਕਲਾਵੇ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੇ, ਗੁਰੂ ਅਰਜਨ ਸਾਹਿਬ ਜੀ ਨੇ ਲਈਆਂ। ਸਾਹਿਬ ਜੀ, ਕੀ ਤੁਹਾਡੀ ਉਪਮਾ ਕਹੀਏ, ਕੁਦਰਤ ਕਵਨ ਹਮਾਰੀ। ਪਰ ਇੱਕ ਬਖਸ਼ਿਸ਼ ਹੈ ਜੀ, ਸਤਿਗੁਰ ਜੀ ਨੂੰ ਦੋ ਚੀਜ਼ਾਂ ਅੱਛੀਆਂ ਲੱਗਦੀਆਂ ਨੇ, ਇੱਕ ਬਾਣੀ ਅੱਛੀ ਲੱਗਦੀ ਹੈ ਅਤੇ ਦੂਸਰੀ ਚੀਜ਼ ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਇੱਕ ਬਾਣੀ ਪਿਆਰੀ ਹੈ ਹਮਾਰੀ ਪਿਆਰੀ ਅੰਮ੍ਰਿਤਧਾਰੀ, ਅਤੇ ਇੱਕ ਸਤਸੰਗਤ ਪਿਆਰੀ ਹੈ, ਜਿਹੜਾ ਸੰਗਤ ਦੇ ਵਿੱਚ ਬੈਠ ਕੇ ਗਾਉਂਦਾ। ਸਤਿਗੁਰੂ ਜੀ ਕਹਿੰਦੇ ਉਹ ਸੰਗਤ ਗੁਰੂ ਨੂੰ ਪਿਆਰੀ ਲੱਗਦੀ ਹੈ, ਉਹ ਫਿਰ ਮੈਂ ਤੂੰ ਉਹ ਇਹ ਕੋਈ ਵੱਖਰਾ ਨਹੀਂ ਰਹਿ ਜਾਂਦਾ, ਸਾਰੇ ਸਤਸੰਗਤ ਦੇ ਰੂਪ ਹੋ ਜਾਂਦੇ ਹੈ, ਉਹ ਗੁਰੂ ਨੂੰ ਪਾਉਂਦੇ ਨੇ ਜੀ। ਗੁਜਰੀ ਮਹਿਲਾ ਪੰਜਵਾਂ, ਘਰ ਚੌਥਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਨਾਥ ਨਰ ਹਰ ਦੀਨ ਬੰਧਵ, ਪਤਿਤ ਪਾਵਨ ਦੇਵ, ਪੈ ਤ੍ਰਾਸ ਨਾਸ ਕ੍ਰਿਪਾਲ ਗੁਣ ਨਿਧ,
ਸਫਲ ਸਵਾਮੀ ਸੇਵ। ਗੁਜਰੀ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਹ ਵੀ ਅਸ਼ਟਪਦੀਆਂ ਦਾ ਸ਼ਬਦ ਲੜੀ ਦੇ ਵਿੱਚੋਂ, ਜਿਸ ਤਰ੍ਹਾਂ ਬਾਹਰ ਦੀ ਉਪਮਾ ਵਾਹਿਗੁਰੂ ਜੀ ਦੀ ਬਿਆਨ ਕੀਤੀ ਹੈ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਹੁਣ ਵਾਹਿਗੁਰੂ ਜੀ ਦੀ ਅੰਦਰ ਦੀ ਉਪਮਾ, ਘਟਦੇ ਅੰਦਰ ਅੰਦਰ ਕਿਸ ਤਰ੍ਹਾਂ ਦੀ ਉਪਮਾ ਹੈ, ਸਤਿਗੁਰੂ ਜੀ ਦਾ ਅੰਦਰ ਵਾਲੀ ਬਿਰਤੀ ਹੈ ਅਤੇ ਬਾਹਰ ਵਾਲੀ ਬਿਰਤੀ ਹੋ ਗਈ ਜਿਹੜੀ ਆਪਾਂ ਐਗਜ਼ਿਬਿਟ ਕਰਤੀ, ਰਾਜਨ ਵਿੱਚੋਂ ਰਾਜਾ, ਭੂਮਨ ਵਿੱਚੋਂ ਭੂਮੀ, ਦੌਲਤ ਵਿੱਚੋਂ ਤੁਹਾਡੀਆਂ ਸਿਰਮੌਰ ਦੌਲਤਾਂ, ਸਿੱਕਿਆਂ ਦਾ ਅੰਤ ਨਹੀਂ, ਕਰੰਸੀ ਦਾ ਵੀ ਅੰਤ ਨਹੀਂ, ਇੱਥੋਂ ਤੱਕ ਕਿ ਜੋਗੀਆਂ ਦੇ ਸਿਰਮੌਰ ਜੋਗੀ, ਭੋਗੀਆਂ ਦੇ ਸਿਰਮੌਰ, ਗ੍ਰਿਸਤੀਆਂ ਦੇ ਸਿਰਮੌਰ, ਗਿਆਨੀਆਂ ਦੇ ਗਿਆਨੀ, ਧਿਆਨੀਆਂ ਦੇ ਧਿਆਨੀ, ਅਸੀਂ ਕਿਸ ਤਰ੍ਹਾਂ ਤੁਹਾਡੀ ਉਪਮਾ ਬਿਆਨ। ਹੁਣ ਇਹ ਉਪਮਾ ਸਾਰੀ ਅੰਦਰ ਦੀ ਹੈ ਜੀ, ਕਿ ਤੁਸੀਂ ਕਿਸ ਤਰ੍ਹਾਂ ਡਿੱਗੇ ਹੋਏ ਦੀ ਬਾਂਹ ਫੜਨ ਵਾਲੇ ਹੋ, ਤੁਸੀਂ ਕਿਵੇਂ ਸ਼ਰਨ ਪਾਲਕ ਹੋ, ਜਿਸ ਤਰ੍ਹਾਂ ਤੁਹਾਡਾ ਅੰਦਰ ਦਾ, ਤੁਸੀਂ ਸਿੱਖ ਦਾ ਵੀ ਅੰਦਰ ਦਾ ਉਹ ਜਿਹਾ ਕਰ ਦਿੰਦੇ। ਆ ਬੜਾ ਕੀਮਤੀ ਸ਼ਬਦ ਹੈ ਜੀ, ਨਾਥ। ਨਾਥ ਕਹਿੰਦੇ ਖਸਮ, ਨਾਥ ਕਛੂਨਾ ਜਾਨਵਰੀ, ਮਨ ਮਾਇਆ ਕਹਿ ਹਾਥ ਬਿਕਾਨਾ। ਅਸੀਂ ਵਿਕੇ ਪਏ ਹਾਂ ਮਾਇਆ ਦੇ ਹੱਥ, ਮਨ ਮਾਇਆ ਕਹਿ ਹਾਥ ਬਕਾਨਾ, ਅਸੀਂ ਜਾਣਦੇ ਹੀ ਨਹੀਂ ਪ੍ਰਭੂ ਜੀ ਤੁਹਾਡੇ ਬਾਰੇ। ਸੱਚੀ ਗੱਲ ਹੈ, ਤੁਸੀਂ ਨਾਥ ਹੋ, ਨਾਥਾਂ ਸਿਰ ਨਾਥ ਹੋ, ਸਾਰਿਆਂ ਨੂੰ ਨੱਥ ਪਾਈ ਫਿਰਦੇ ਹੋ, ਇਹਦਾ ਇਹ ਮਤਲਬ ਹੈ ਕਿ ਸਾਰਿਆਂ ਨੂੰ ਤੁਸੀਂ ਆਪਣੀ ਤਾਕਤ ਦੇ ਅੰਦਰ, ਖਸਮ ਹੋ, ਪਤੀ ਹੋ, ਹਰ ਇੱਕ ਦੇ ਸਿਰ ਦੇ ਸਾਈ ਹੋ, ਮਾਲਕ ਹੋ, ਨਾਥ ਨਰਹਰ, ਨਰਹਰ ਹੋ ਤੁਸੀਂ, ਇਹ ਵੀ ਪ੍ਰਭੂ ਦਾ ਨਾਮ ਹੈ ਜੀ, ਨਰਹਰ, ਤਾਕਤ ਵਾਲਾ ਵੱਡਾ। ਦੀਨ ਬੰਧਵ, ਦੀਨ ਕਹਿੰਦੇ ਆ ਡਿੱਗੇ ਹੋਇਆਂ ਨੂੰ, ਤੁਸੀਂ ਬਚਾਉਣ ਵਾਲੇ ਹੋ, ਤੁਸੀਂ ਆਪਣੀ ਸ਼ਰਨ ਲੈਣ ਵਾਲੇ ਹੋ। ਪਤਿਤ ਪਾਵਨ ਦੇਵ, ਪਤਤਾਂ ਨੂੰ, ਜਿਹੜੇ ਪਾਪੀ ਨੇ ਉਹਨਾਂ ਨੂੰ ਪਾਵਨ ਕਰਨ ਵਾਲੇ ਹੋ ਜੀ। ਪਤਿਤ ਉਦਾਹਰਣ, ਸਤਿਗੁਰ ਮੇਰਾ ਮੋਹਿ ਤਿਸਕਾ ਪਰਵਾਸਾ, ਮੈਨੂੰ ਤੁਹਾਡਾ ਸਹਾਰਾ ਹੈ ਜੀ। ਭੈ ਤ੍ਰਾਸ ਨਾਸ ਕਿਰਪਾਲ ਗੁਣ ਨਿਧ, ਤੁਸੀਂ ਭੈ ਸਾਰੇ ਡਰ ਨਾਸ਼ ਕਰ ਦਿੰਦੇ ਹੋ ਜਿਹੜੇ ਤੁਹਾਡੀ ਬੰਦਗੀ ਦੇ ਵਿੱਚ ਟਿਕਦੇ ਨੇ। ਭੈ ਤ੍ਰਾਸ, ਤ੍ਰਾਸ ਕਹਿੰਦੇ ਸਾਰੀਆਂ ਚਿੰਤਾਵਾਂ, ਸਾਰੇ ਅੰਦਰ ਦੇ ਮਨੋਰੋਗ। ਭੈ ਤ੍ਰਾਸ ਨਾਸ਼, ਸਭ ਕੁਛ ਨਾਸ਼ ਕਰਤਾ। ਕਿਰਪਾਲ ਗੁਣ ਨਿਧ, ਕਿਰਪਾ ਦੇ ਖਜ਼ਾਨੇ ਹੋ, ਗੁਣਾਂ ਦਾ ਖਜ਼ਾਨਾ, ਗੁਣਾਂ ਦਾ ਤੁਹਾਡੇ ਕੋਲ ਸਿਰਮੌਰ ਅਤੇ ਨਾ ਮੁੱਕਣ ਵਾਲਾ ਭੰਡਾਰ ਹੈ ਜੀ। ਸਫਲ ਸਵਾਮੀ ਸੇਵ, ਅਤੇ ਤੁਹਾਡੀ ਜਿਹੜੀ ਸੇਵ ਕਰਦਾ ਹੈ, ਸੇਵ ਕੀਤੀ ਸੰਤੋਖੀ ਜਿਨੀ ਸੱਚੋਂ ਸੱਚ ਧਿਆਇਆ। ਫਿਰ ਸਤਿਗੁਰੂ ਜੀ ਕਹਿੰਦੇ ਆ ਜਿਹਨੇ ਇਹ ਸੇਵ ਕੀਤੀ ਸੱਚ ਸੱਚ ਕਰਕੇ ਧਿਆਇਆ, ਕਹਿੰਦੇ ਉਹਦੀ ਸੇਵ ਸਫਲ ਹੁੰਦੀ ਹੈ, ਕਦੀ ਨਿਹਫਲ ਨਹੀਂ ਜਾਂਦੀ। ਇੱਕ ਸਿਮਰਨ ਦੇ ਵਿੱਚ ਜੁੜਿਆ ਹੋਇਆ ਖਿੰਨ ਵੀ ਸਤਿਗੁਰੂ ਜੀ ਕਹਿੰਦੇ ਤੁਸੀਂ ਸਫਲ ਕਰਦੇ ਹੋ ਜੀ। ਹਰ ਗੋਪਾਲ ਗੁਰ ਗੋਬਿੰਦ, ਸ਼ਰਨ ਸ਼ਰਨ ਦਿਆਲ ਕੇਸ਼ਵ, ਤਾਰ ਜਗ ਪਵ ਸਿੰਧ ਰਹਾਉ। ਹਰ ਗੋਪਾਲ ਗੁਰ ਗੋਬਿੰਦ, ਗੁਰੂ ਅਰਜਨ ਸਾਹਿਬ ਜੀ, ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਤੁਸੀਂ ਪ੍ਰਾਣਾਂ ਦੇ ਨਾਥ ਹੋ, ਅਸੀਂ ਅਨਾਥ ਹਾਂ, ਅਤੇ ਤੁਸੀਂ ਅਨਾਥਾਂ ਨੂੰ ਵੀ ਸਖੇ ਕਰ ਰਹੇ ਹੋ, ਆਪਣਾ ਬਣਾ ਰਹੇ ਹੋ, ਇਸ ਤੋਂ ਵੱਡੀ ਕੀ ਬਖਸ਼ਿਸ਼ ਹੋਈ। ਪ੍ਰਾਣ ਨਾਥ ਅਨਾਥ ਸਖੇ, ਸਤਿਗੁਰੂ ਜੀ ਤੁਸੀਂ ਏਡੇ ਬਖਸ਼ਿਸ਼ ਵਾਲੇ ਹੋ, ਤੁਸੀਂ ਇੰਨੀ ਕਿਰਪਾ ਕਰਨ ਵਾਲੇ ਹੋ। ਮੋਹ ਮਾਇਆ ਧਾਰ, ਮਾਇਆ ਕਰੋ ਮੇਰੇ 'ਤੇ, ਕਿਰਪਾ ਕਰੋ। ਇਹ ਲਫ਼ਜ਼ ਹੈ ਮੋਹੇ, ਅਕਸਰ ਇੱਥੇ ਗਾਣ ਲੱਗਿਆਂ ਮੋਹ ਪੜ ਦਿੱਤਾ ਜਾਂਦਾ ਹੈ, ਪਰ ਇਹ ਮੋਹ ਨਹੀਂ ਹੈ। ਮੋਹੇ ਮਾਇਆ ਧਾਰ, ਮੇਰੇ 'ਤੇ ਕਿਰਪਾ ਕਰੋ। ਪ੍ਰਾਣ ਨਾਥ ਅਨਾਥ ਸਖੇ, ਮੋਹੇ ਮਾਇਆ ਧਾਰ। ਚਲੋ ਇਹ ਵਿਸ਼ਾ ਨਹੀਂ ਹੈ, ਫਿਰ ਵੀ ਮੈਂ ਸੁਣਿਆ ਸੀ ਇੱਥੇ ਕਿ ਕੋਈ ਪੜ੍ਹ ਰਿਹਾ ਸੀ ਮੋਹ ਮਾਇਆ ਧਾਰ, ਇਹ ਮੋਹੇ ਲਫ਼ਜ਼ ਹੈ ਜੀ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ, ਹਰ ਗੋਪਾਲ ਗੁਰ ਗੋਬਿੰਦ, ਤੁਸੀਂ ਗੋਪਾਲ ਹੋ, ਧਰਤੀ ਦੇ ਪਾਲਕ ਹੋ, ਗੋਬਿੰਦ ਹੋ, ਵੱਡੇ ਹੋ, ਚਰਨ ਸ਼ਰਨ ਦਿਆਲ ਕੇਸ਼ਵ, ਸੋਹਣੇ ਕੇਸ਼ ਨੇ ਜੀ ਤੁਹਾਡੇ, ਤੇਰੇ ਬੰਕੇ ਲੋਇਨ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਕੇਸ਼ਵ ਹੋ ਜੀ ਤੁਸੀਂ। ਇਸ ਤਰ੍ਹਾਂ ਦੀ ਉਪਮਾ ਤੁਹਾਡੀ, ਚਰਨ ਸ਼ਰਨ ਦਿਆਲ ਕੇਸ਼ਵ, ਤਾਰ ਜਗ ਭਵ ਸਿੰਧ, ਸਿੰਧ ਦਾ ਮਤਲਬ ਹੈ ਸਾਗਰ, ਭਵ ਸਾਗਰ ਤੋਂ ਪਾਰ ਤਰਾਉਣ ਵਾਲੇ ਹੋ ਜੀ ਰਹਾਉ। ਕਾਮ ਕ੍ਰੋਧ ਹਰਨ ਮਦ ਮੋਹ, ਦਹਿਨ ਮੁਰਾਰ ਮਨ ਮਕਰੰਦ, ਜਨਮ ਮਰਨ ਨਿਵਾਰ ਧਰਣੀ ਤਰ,
ਪਤ ਰਾਖ ਪਰਮਾਨੰਦ। ਭਾਈ ਸਾਹਿਬ ਭਾਈ ਬਲਦੀਪ ਸਿੰਘ ਜੀ ਹੈਗੇ ਜੀ, ਐਕਸਪੋਨੈਂਟ ਹੈਗੇ, ਰਿਵਾਈਵਰ ਹੈਗੇ ਪੁਰਾਤਨ ਰੀਤਾਂ ਦੇ। ਉਹਨਾਂ ਨੇ ਇੱਕ ਸ਼ਬਦ ਬੜਾ ਕਮਾਲ ਗਾਇਆ ਪੁਰਾਤਨ ਰੀਤਾਂ ਦੇ ਵਿੱਚ, ਜਿਹੜੀਆਂ ਰੀਤਾਂ ਗੁਆਚ ਗਈਆਂ, ਉਹ ਕਮਾਲ ਦਾ ਇਹਦਾ ਵਿਸ਼ਰਾਮ। ਕਾਮ ਕ੍ਰੋਧ ਹਰਨ ਮਦ ਮੋਹ ਦਹਨ ਮੁਰਾਰ ਮਨ ਮਕਰੰਦ। ਇਸ ਤਰ੍ਹਾਂ ਹੈ ਜੀ, ਤੁਸੀਂ ਕਾਮ ਅਤੇ ਕ੍ਰੋਧ ਨੂੰ ਹਰਨ ਵਾਲੇ ਹੋ, ਤੁਸੀਂ ਸਾਡੇ ਤੋਂ ਖੋ ਲੈਂਦੇ ਹੋ, ਖੋ ਕੇ ਸੁੱਟ ਦਿੰਦੇ ਹੋ, ਪਰੇ ਕਾਮ ਅਤੇ ਕ੍ਰੋਧ ਵਾਲੀ ਬਿਰਤੀ ਨੂੰ ਤੁਸੀਂ ਪਰਾਂ ਕਰ ਦਿੰਦੇ ਹੋ। ਮਦ ਮੋਹ ਦਹਨ, ਜਿਹੜਾ ਮਾਇਆ ਦਾ ਨਸ਼ਾ ਸਾਨੂੰ ਚੜਿਆ ਹੋਇਆ ਅਤੇ ਮੋਹ ਦੇ ਫਾਹੀ ਪਈ ਹੋਈ ਹੈ, ਦਹਨ ਤੁਸੀਂ ਸਾੜਨ ਵਾਲੇ ਹੋ। ਮੁਰਾਰ ਮਨ ਮਕਰੰਦ, ਤੁਸੀਂ ਮੁਰਾਰ ਹੋ, ਸਾਈਂ ਹੋ, ਅਤੇ ਮਨ ਦੇ ਵਿੱਚ, ਜਿਹੜਾ ਮਨ ਦੇ ਵਿੱਚ ਤੁਹਾਨੂੰ ਧਿਆਉਂਦਾ ਨਾ, ਉਹਦੇ ਅੰਦਰ ਤੁਹਾਡੇ ਨਾਮ ਦੀ ਖੁਸ਼ਬੂ ਆ ਜਾਂਦੀ ਹੈ। ਨਾਮ ਦੀ ਖੁਸ਼ਬੂ ਦੇਣ ਵਾਲੇ ਹੋ, ਬਾਣੀ ਦੀ ਖੁਸ਼ਬੂ, ਉਹਦਾ ਜੀਵਨ ਬਿਲਕੁਲ ਖੁਸ਼ਬੂ ਭਰਪੂਰ। ਮਕਰੰਦ ਕਹਿੰਦੇ ਤੁਸੀਂ ਖੁਸ਼ਬੂਆਂ ਭਰਨ ਵਾਲੇ ਹੋ। ਜਨਮ ਮਰਨ ਨਿਵਾਰ ਧਰਨੀ ਧਰ, ਸਾਡਾ ਜਨਮ ਮਰਨ ਦਾ ਦੁੱਖ ਨਿਵਾਰੋ। ਧਰਨੀ ਦੇ ਮਾਲਕ, ਧਰਤੀ ਦੇ ਮਾਲਕ, ਪਤ ਰਾਖ ਪਰਮਾਨੰਦ, ਸਾਡੀ ਪੈਜ ਰੱਖੋ ਜੀ ਪ੍ਰਭੂ ਜੀ। ਜਲਤ ਅਨਕ ਤਰੰਗ ਮਾਇਆ ਗੁਰ ਗਿਆਨ ਹਰ ਰਿਧ ਮੰਤ, ਛੇਦ ਅੰਬੁਧ ਕਰੁਣਾ ਮੈਂ ਚਿੰਤ ਮੇਟ ਪੁਰਖ ਅਨੰਤ। ਅਸੀਂ ਸੜਦੇ ਪਏ ਹਾਂ ਜੀ, ਜਲਤ ਅਨਕ ਤਰੰਗ ਮਾਇਆ, ਅਸੀਂ ਨਹੀਂ ਸਾਰਾ ਸੰਸਾਰ ਹੀ ਸੜਦਾ ਪਿਆ। ਅਨਕ ਤਰੰਗ, ਇੰਨੀਆਂ ਤਰੰਗਾਂ ਨੇ ਮਾਇਆ ਦੀਆਂ, ਸਭ ਸੜ। ਗੁਰ ਗਿਆਨ ਹਰ ਰਿਧ ਮੰਤ, ਜਿਨ੍ਹਾਂ ਨੂੰ ਗੁਰੂ ਦਾ ਗਿਆਨ ਹਿਰਦੇ ਦੇ ਵਿੱਚ ਮੰਤਰ ਰੂਪੀ ਤੁਸੀਂ ਦੇਤਾ ਨਾ, ਉਹ ਬਚ ਗਏ ਨੇ। ਅਤੇ ਸਤਿਗੁਰੂ ਜੀ ਕਿਰਪਾ ਕਰੋ, ਆਪਣਾ ਗਿਆਨ ਰੂਪੀ ਮੰਤਰ ਸਾਨੂੰ ਦਿਓ, ਇਹ ਮਾਇਆ ਦੀ ਜਿਹੜੀ ਤਰੰਗ ਹੈ ਇਸ ਤੋਂ ਅਸੀਂ ਬਚ ਸਕੀਏ। ਛੇਦ ਅਹੰਗ ਬੁੱਧ, ਸਾਡੀ ਅਹੰਕਾਰ ਨੂੰ ਖਤਮ ਕਰੋ, ਛੇਦ ਦਿਓ, ਬਿਲਕੁਲ ਨਾਸ਼ ਕਰ ਦਿਓ। ਕਰੁਣਾ ਮੈਂ, ਕਰੁਣਾ ਮੈਂ ਲਫਜ਼ ਹੈ, ਤੁਸੀਂ ਤਰਸ ਪਾਲਕ ਆਪਣੀ ਸ਼ਰਨ ਦੇ ਵਿੱਚ ਲੈਣ ਵਾਲੇ, ਤਰਸ ਕਰਨ ਵਾਲੇ, ਕਰੁਣਾ ਮੈਂ ਚਿੰਤ ਮੇਟ ਪੁਰਖ ਅਨੰਤ, ਸਾਡੀ ਚਿੰਤਾਵਾਂ ਦਾ ਨਾਸ਼ ਕਰੋ ਪ੍ਰਭੂ ਜੀ। ਅਸੀਂ ਬਹੁਤ ਚਿੰਤਿਤ ਹਾਂ ਸਮਾਜ ਦੇ ਵਿੱਚ, ਆਪਣੇ ਗ੍ਰਹਿਸਥ ਦੇ ਵਿੱਚ। ਸਤਿਗੁਰੂ ਜੀ, ਇਹ ਚਿੰਤਾ ਨੂੰ ਮੇਟਣ ਵਾਲੇ ਹੋ, ਤੁਸੀਂ ਪੁਰਖ ਅਨੰਤ ਹੋ ਕਿ ਨਹੀਂ, ਤੇਰਾ ਅੰਤ ਨਾ ਪਾਇਆ, ਬੇਅੰਤ ਸਵਾਮੀ ਹੋ ਜੀ। ਸਿਮਰ ਸਮਰੱਥ ਪਲ ਮਹੂਰਤ, ਪ੍ਰਭ ਧਿਆਨ ਸਹਿਜ ਸਮਾਧ, ਦੀਨ ਦਿਆਲ ਪ੍ਰਸੰਨ ਪੂਰਨ, ਜਾਚੀਐ ਰਜ ਸਾਧ। ਪ੍ਰਭੂ ਨੂੰ ਸਿਮਰੋ, ਸਮਰੱਥ ਪ੍ਰਭੂ ਦਾ ਸਿਮਰਨ ਕਰੋ, ਪਲ ਹਰ ਪਲ ਹਰ ਮਹੂਰਤ, ਕੋਈ ਸਮਾਂ ਵਾਂਝਾ ਨਾ ਰਹੇ। ਸਿਮਰ ਸਮਰੱਥ ਪਲ ਮਹੂਰਤ, ਪ੍ਰਭ ਧਿਆਨ ਸਹਿਜ ਸਮਾਧ, ਪ੍ਰਭੂ ਦਾ ਧਿਆਨ ਸਹਿਜ ਸਮਾਧੀ ਵਿੱਚ ਟਿਕਾ ਕੇ ਜਪੋ ਜੀ। ਦੀਨ ਦਿਆਲ ਪ੍ਰਸੰਨ ਪੂਰਨ, ਦੀਨ ਦਿਆਲ ਪ੍ਰਭੂ ਤੁਸੀਂ ਬੜੇ ਖੇੜੇ ਦੇ ਵਿੱਚ ਰਹਿਣ ਵਾਲੇ, ਤੁਹਾਨੂੰ ਚੇਤੇ ਕਰਕੇ ਕੋਈ ਦੁਖੀ ਨਹੀਂ ਹੁੰਦਾ, ਤੁਹਾਨੂੰ ਚੇਤੇ ਕਰਕੇ ਕਿਸੇ ਦੇ ਅੰਦਰ ਹੀਣ ਭਾਵਨਾ ਨਹੀਂ ਆਉਂਦੀ, ਤੁਹਾਨੂੰ ਚੇਤੇ ਕਰਕੇ ਹਰ ਕੋਈ ਪ੍ਰਸੰਨ ਹੁੰਦਾ। ਤੁਸੀਂ ਖੇੜੇ ਦੇ ਦਾਤਾ ਹੋ, ਪ੍ਰਸੰਨ ਰੂਪ ਦੇ ਵਿੱਚ ਹੋ, ਪ੍ਰਸੰਨ ਚਿੱਤ ਹੋ, ਦੀਨ ਦਿਆਲ ਪ੍ਰਸੰਨ ਪੂਰਨ। ਜਾਚੀਐ ਰਜ ਸਾਧ, ਇੱਥੇ ਰਜ ਲਫਜ਼ ਸੰਸਕ੍ਰਿਤ ਦਾ ਹੈ, ਰਜ ਦਾ ਮਤਲਬ ਹੈ ਧੂੜ। ਸਤਿਗੁਰੂ ਜੀ, ਅਸੀਂ ਸਾਧ ਸੰਗਤ ਦੀ ਧੂੜ ਮੰਗਦੇ ਹਾਂ, ਇਹ ਕਿਰਪਾ ਕਰੋ ਤਾਂ ਕਿ ਅਸੀਂ ਤੁਹਾਡਾ ਨਾਮ ਚੇਤਾ ਕਰ ਸਕੀਏ, ਸੰਗਤ 'ਚ ਨਾਮ ਜਪ ਸਕੀਏ ਜੀ। ਮੋਹ ਮਿਥਨ ਦੁਰੰਤ ਆਸਾ ਵਾਸਨਾ ਵਿਕਾਰ, ਰੱਖ ਧਰਮ ਪਰਮ ਵਿਦਾਰ ਮਨ ਤੇ ਉਧਰ ਹਰ ਨਿਰੰਕਾਰ। ਬੜੀ ਕੀਮਤੀ ਦੁਕਾਨ ਹੈ ਜੀ, ਬਹੁਤ ਕੀਮਤੀ ਦੁਕਾਨ ਹੈ। ਸਤਿਗੁਰੂ ਜੀ ਦੀ ਬਾਣੀ ਇਸ ਤਰ੍ਹਾਂ ਦੀ ਹੈ, ਨਾਮ ਇਸ ਤਰ੍ਹਾਂ ਦਾ, ਚੇਤਾ ਇਸ ਤਰ੍ਹਾਂ ਦਾ। ਸਾਹਿਬ ਜੀ ਕਹਿੰਦੇ ਮੋਹ, ਸਾਡਾ ਝੂਠਾ ਮੋਹ ਖਤਮ ਕਰੋ। ਮਿਥਨ, ਮਿਥਨ ਕਹਿੰਦੇ ਝੂਠ, ਕਿਉਂਕਿ ਸਤਿਗੁਰੂ ਜੀ ਖੂਬ 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 ਤੇਰੋ ਨਾਮ, ਅਤੇ ਸਾਡਾ ਕੀ ਹਾਲ ਹੈ, ਝੂਠ 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 ਦੁਨੀ ਗੁਮਾਨ, ਇਹ ਸਾਡਾ ਹਾਲ ਹੈ। ਅਸੀਂ ਤਾਂ ਕੂੜ ਹੈ, ਸਾਰਾ ਕੁਝ ਕੂੜ, ਰਾਜਾ ਕੂੜ, ਪ੍ਰਜਾ ਕੂੜ, ਸਭ ਸੰਸਾਰ ਸਭ ਕੁਝ ਕੂੜ, ਮਿੱਠਾ ਕੂੜ ਮਾਖਿਓ ਕੂੜ, ਡੋਬੈ ਕੂੜ, ਨਾਨਕ ਵਖਾਣਾ ਬੇਨਤੀ ਤੁਦਬਾਜ, ਕੂੜੋ ਕੂੜ, ਸਾਰਾ ਕੁਝ ਮਿਥਨ। ਕਹਿੰਦੇ ਝੂਠ ਤੋਂ ਬਚਾਓ, ਮੋਹ ਮਿਥਨ ਦੁਰੰਤ, ਦੁਰਅੰਤ, ਜਿਸ ਰਸਤੇ 'ਤੇ ਚੱਲਦਿਆਂ ਮਾੜਾ ਅੰਤ ਹੋਣਾ ਹੈ ਨਾ ਸਾਡਾ, ਦੁਰਅੰਤ, ਦੁਰਗਤੀ ਹੋਣੀ ਹੈ, ਬੜਾ ਹੀ ਮਾੜਾ ਅੰਤ ਹੋਣਾ, ਪ੍ਰਭੂ ਜੀ ਉਸ ਰਸਤੇ 'ਤੇ ਨਾ ਤੁਰਨ ਦਿਓ ਸਾਨੂੰ, ਉਸ ਰਸਤੇ, ਉਸ ਖਿਆਲ ਨੂੰ ਸਾਡੇ ਅੰਦਰ ਨਾ ਆਉਣ ਦਿਓ, ਜਿਸ ਆਸਾ ਕਰਕੇ ਦੁਰਅੰਤ, ਸਾਡਾ ਮਾੜਾ ਅੰਤ ਹੋਏਗਾ।
ਸਾਨੂੰ ਦੁੱਖ ਦੇਖਣੇ ਪੈਣਗੇ। ਮੋਹ ਮਿਥਨ ਦੁਰੰਤ ਆਸਾ, ਮਾੜੀ ਆਸਾ ਤੋਂ ਬਚਾ ਲਓ। ਬਾਸ਼ਨਾ ਵਿਕਾਰ, ਜਿਹੜੀ ਅੰਦਰ ਵਿਕਾਰਾਂ ਵਾਲੀ ਬਾਸ਼ਨਾ ਮਾੜੀ ਬਿਰਤੀ ਹੈ, ਜਿਹੜੀ ਸਾਨੂੰ ਹੀਨ ਭਾਵਨਾ ਦੇ ਵਿੱਚ, ਸਾਨੂੰ ਸਾਡੇ ਅੰਦਰ ਨਿੰਮੋ ਚੁੰਨੀ ਉਹ ਜੀ ਵਿਕਾਰੀ ਬਿਰਤੀਆਂ ਸਾਨੂੰ ਮਾੜੇ ਪਾਸੇ ਤੁਰਦੀਆਂ ਨੇ, ਸਤਿਗੁਰੂ ਜੀ ਉਸ ਤੋਂ ਬਚਾ ਲਓ। ਤੁਸੀਂ ਰੱਖ ਧਰਮ, ਸਾਡਾ ਧਰਮ ਰੱਖੋ ਜੀ, ਤੁਸੀਂ ਧਰਮ ਪਾਲਕ ਹੋ, ਸਾਡੀ ਪਹਿਜ ਰੱਖੋ, ਪਰਦੇ ਢਕੋ। ਰੱਖ ਧਰਮ ਭਰਮ ਵਿਦਾਰ, ਸਾਡੇ ਭਰਮ ਖਤਮ ਕਰੋ। ਮਨ ਤੇ ਉਧਰ ਹਰ ਨਿਰੰਕਾਰ, ਵੈਸੇ ਇਹਦਾ ਜਿਹੜਾ ਵਿਸ਼ਰਾਮ ਹੈ, ਰੱਖ ਧਰਮ ਭਰਮ ਵਿਦਾਰ, ਮਨ ਤੇ ਸਾਰੇ ਭਰਮ ਖਤਮ ਕਰੋ ਜੀ, ਉਧਰ ਹਰ ਨਿਰੰਕਾਰ, ਸਾਨੂੰ ਸੰਸਾਰ ਸਮੁੰਦਰ ਤੋਂ ਪਾਰ ਕਰੋ ਜੀ। ਤਨਾਢ ਆਢ ਭੰਡਾਰ ਹਰ ਨਿਧ, ਹੋਤ ਜਿਨਾ ਨਾ ਚੀਰ, ਖਲ ਮੁਗਦ ਮੂੜ ਕਟਾਖ ਸ੍ਰੀ ਧਰ, ਭਏ ਗੁਣ ਮਤ ਧੀਰ। ਹਾਂ ਹਾਂ ਹਾਂ, ਕਮਾਲ ਦੀਆਂ ਤੁਕਾਂ ਨੇ। ਸਤਿਗੁਰੂ ਜੀ ਕਹਿੰਦੇ ਹੈ, ਜੇ ਕੋ ਹੋਏ ਦੁਬਲਾ, ਨੰਗ ਭੁੱਖ ਕੀ ਪੀੜ, ਦਮੜਾ ਪੱਲੇ ਨਾ ਪਵੈ, ਨਾ ਕੋਈ ਦੇਵੈ ਧੀਰ। ਕੁਛ ਵੀ ਨਾ ਹੋਏ ਨਾ, ਭੁੱਖ ਨੰਗ ਵੀ ਹੋਏ, ਪਰ ਕਹਿੰਦੇ ਚੀਤ ਆਵੈ ਉਸ ਪਾਰ ਬ੍ਰਹਮ, ਤਾਂ ਨੇਚਲ ਹੋਵੇ ਰਾਜ। ਕਹਿੰਦੇ ਜੇ ਉਹ ਪ੍ਰਭੂ ਚੇਤੇ ਆ ਜਾਏ ਤੇ ਰਾਜ ਮਿਲ ਜਾਂਦਾ। ਆ ਪੜੋ ਜੀ, ਤਨਾਡ ਆਡ ਭੰਡਾਰ ਹਰ ਨਿਧ, ਹੋਤ ਜਿਨ੍ਹਾਂ ਨਾ ਚੀਰ, ਜਿਨ੍ਹਾਂ ਕੋਲ ਚੀਰ ਬਸਤਰ ਵੀ ਨਾ ਹੋਣ, ਲੀਰਾਂ ਜਿਨ੍ਹਾਂ ਨੇ ਪਾਈਆਂ ਹੋਣ। ਕਹਿੰਦੇ ਤੁਹਾਡੇ ਹਰ ਨਿਧ ਨੂੰ ਚੇਤੇ ਕਰ ਲੈਣਾ, ਤੁਸੀਂ ਉਹਨਾਂ ਨੂੰ ਤਨਾਡ ਆਡ ਇੰਨੇ ਵੱਡੇ ਬਣਾ ਦਿੰਦੇ ਹੋ। ਤਨਾਡ ਆਡ ਭੰਡਾਰ ਹਰ ਨਿਧ, ਉਹਨਾਂ ਲਈ ਭੰਡਾਰ ਖੋਲ੍ਹ ਦਿੰਦੇ ਹੋ, ਵੱਡਾ ਤੋਂ ਵੱਡਾ ਕਰ ਦਿੰਦੇ ਹੋ, ਜਿਹੜੇ ਗਰੀਬੜੇ ਤੋਂ ਗਰੀਬੜੇ ਹੁੰਦੇ ਹੈ। ਖਲ ਮੁਗਦ ਮੂੜ ਕਟਾਖੈ ਸ੍ਰੀ ਧਰ, ਖਲ ਮੁਗਦ ਮੂੜ, ਅਸੀਂ ਖਲ ਹੈਗੇ ਹਾਂ, ਖਲ ਦਾ ਮਤਲਬ ਮੂਰਖ, ਖਲ ਦਾ ਮਤਲਬ ਪਾਪੀ, ਮੁਗਦ ਹੈਗੇ ਹਾਂ ਬਹੁਤ ਮਾੜੇ, ਮੂੜ ਹੈਗੇ ਹਾਂ ਅਸੀਂ ਬਾਵਰੇ ਹੈਗੇ ਹਾਂ। ਸਤਿਗੁਰੂ ਜੀ ਕਟਾਖਿਆ, ਇੱਕ ਨਿਮਖ ਨਜ਼ਰ ਪਾਓ ਸਾਡੇ 'ਤੇ। ਕਟਾਖੇ ਦਾ ਮਤਲਬ ਖੱਖੇ ਪੈਰ ਯਈਆ ਪਿਆ ਹੋਇਆ, ਕਟਾਖ ਪੜ੍ਹਨਾ ਇਹਨੂੰ, ਕਿ ਇੱਕ ਬਸ ਨਿਮਖ ਦੀ ਨਜ਼ਰ ਪਾ ਦਿਓ ਸ੍ਰੀ ਧਰ ਮਾਇਆ ਦੇ ਖਸਮ ਜੀ। ਵਾਹਿਗੁਰੂ ਜੀ, ਭਏ ਗੁਣ ਮਤ ਧੀਰ, ਤੁਹਾਡੀ ਨਦਰ ਪੈਂਦੇ ਸਾਰ ਸਾਡੀ ਮਤ ਪਵਿੱਤਰ ਹੋ ਜਾਏ, ਸਾਡੇ ਹਿਰਦੇ 'ਚ ਮਹਾਂ ਧੀਰਜ ਪੈਦਾ ਹੋ ਜਾਏਗਾ ਜੀ। ਜੀਵਨ ਮੁਕਤ ਜਗਦੀਸ਼ ਜਪ, ਮਨ ਤਾਰ ਰਿਧ ਪ੍ਰਤੀਤ, ਜੀ ਦਇਆ ਮਯਾ ਸਰਬਤ੍ਰ ਰਮਣ ਪਰਮ ਹੰਸ ਰੀਤ। ਜੀਵਨ ਮੁਕਤ ਜਗਦੀਸ਼ ਜਪ, ਮਨ ਜੀਵਨ ਦੀ ਮੁਕਤੀ ਦੇਣ ਵਾਲੇ, ਜੀਵਨ ਨੂੰ ਸਫਲ ਕਰਨ ਵਾਲੇ ਜਗਦੀਸ਼ ਪ੍ਰਭੂ, ਜਪ ਮਨ ਧਾਰ ਰਿੱਧ ਪ੍ਰਤੀਤ, ਆਪਣੇ ਹਿਰਦੇ ਵਿੱਚ ਜਿਹਨੇ ਇਹ ਪ੍ਰਤੀਤ ਰੱਖ ਕੇ ਪ੍ਰਭੂ ਦਾ ਨਾਮ ਜਪਿਆ, ਧਾਰ ਲਿਆ ਨਾਮ, ਜੀ ਦਇਆ ਮਯਾ ਸਰਬਤ੍ਰ ਰਮਣ, ਫਿਰ ਉਹਨੂੰ ਪਤਾ ਕੀ ਲੱਗੇਗਾ, ਸਾਰੇ ਹੀ ਜੀ ਉਹਦੇ ਲਈ ਦਇਆ ਅਤੇ ਮਯਾ ਵਾਲੇ ਹੋ ਜਾਣਗੇ। ਸਾਰਿਆਂ ਜੀਆਂ ਨੂੰ, ਸਾਰੀ ਧਰਤੀ ਦੇ ਲੁਕਾਈ ਦੇ ਜੀਵ ਜੰਤਿਆਂ ਨੂੰ ਉਹ ਦਇਆ ਅਤੇ ਮਯਾ ਦੇ ਵੱਲ ਵੇਖੇਗਾ, ਅਤੇ ਇਹ ਸਮਝੇਗਾ ਸਰਬਤ੍ਰ ਰਮਣ, ਸਾਰਿਆਂ ਦੇ ਵਿੱਚ ਪ੍ਰਭੂ ਦੀ ਜੋਤ ਹੈ। ਪਰਮ ਹੰਸ ਹੈ ਰੀਤ, ਉਹਦੀ ਜਿਹੜੀ ਰੀਤ ਹੋਏਗੀ ਗੁਰਮੁਖਾਂ ਵਾਲੀ, ਪਰਮ ਹੰਸ ਵਾਲੀ ਹੋਏਗੀ। ਭਾਈ ਗੁਰਦਾਸ ਜੀ ਕਹਿੰਦੇ, ਮਾਨਸਰ ਹੰਸ ਸਾਧ ਸੰਗਤ ਪਰਮ ਹੰਸ, ਸੰਗਤ 'ਚ ਬੈਠਣ ਵਾਲੇ ਉਹਨਾਂ ਗੁਰਮੁਖਾਂ ਦੀ ਰੀਤ, ਦੂਸਰਿਆਂ ਨੂੰ ਦਇਆ ਮਯਾ ਨਾਲ ਵੇਖਣ ਵਾਲੀ, ਤੇ ਸਾਰਿਆਂ ਨੂੰ ਇੱਕ ਜੋਤ ਦੀ ਦੇਖਣ ਵਾਲੀ ਹੋਏਗੀ ਜੀ। ਦੇਤ ਦਰਸ਼ਨ ਸ਼੍ਰਵਣ ਹਰ ਜਸ, ਰਸਨ ਨਾਮ ਉਚਾਰ, ਅੰਗ ਸੰਗ ਭਗਵਾਨ ਪਰਸਨ, ਪ੍ਰਭ ਨਾਨਕ ਪਤ ਤੇ ਉਧਾਰ। ਸਤਿਗੁਰੂ ਜੀ, ਜਿਨ੍ਹਾਂ ਨੇ ਜ਼ੁਬਾਨ ਤੋਂ ਜਪਿਆ, ਕੰਨਾਂ ਤੋਂ ਸੁਣ ਲਿਆ, ਉਹਨਾਂ ਨੂੰ ਤੁਸੀਂ ਦਰਸ਼ਨ ਦੇਤੇ ਨੇ। ਦੇਤ ਦਰਸ਼ਨ ਸ਼੍ਰਵਣ ਹਰ ਜਸ ਰਸਨ ਨਾਮ ਉਚਾਰ। ਸਤਿਗੁਰੂ ਜੀ, ਤੁਸੀਂ ਉਹਨਾਂ ਨੂੰ ਆਪਣੇ ਦੀਦਾਰ ਬਖਸ਼ਦੇ ਹੋ, ਜਿਹੜੇ ਬੋਲ ਕੇ ਬਾਣੀ ਨੂੰ ਉਚਾਰ ਕੇ ਸੁਣਦੇ ਨੇ ਕੰਨਾਂ ਤੋਂ, ਮਨ ਟਿਕਾਉਂਦੇ ਨੇ, ਅੰਗ ਸੰਗ ਭਗਵਾਨ, ਕਹਿੰਦੇ ਉਹਨੂੰ ਪਤਾ ਲੱਗ ਜਾਂਦਾ ਪ੍ਰਭੂ ਸਾਰਿਆਂ ਦੇ ਅੰਗ ਸੰਗ ਹੈ, ਪ੍ਰਭੂ ਸਾਰਿਆਂ ਦੇ ਨਾਲ ਹੈ, ਪਰਸਨ ਪ੍ਰਭ। ਔਰ ਉਹਨਾਂ ਨੂੰ ਜਦ ਉਹ ਪ੍ਰਭੂ ਜੀ ਦਾ ਨਾਮ ਪਰਸ ਜਾਂਦਾ, ਸਪਰਸ਼ ਕਰ ਜਾਂਦਾ, ਜਿਹਨੂੰ ਕਿਹਾ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ, ਜਿਹਨੂੰ ਇਹ ਨਾਮ ਇਹ ਬਾਣੀ ਪਰਸ ਗਈ, ਪ੍ਰਭ ਨਾਨਕ ਪਤਿਤ ਉਧਾਰ, ਉਹ ਮਹਾਪਾਪੀ ਤੋਂ ਪਾਪੀ ਵੀ ਉਧਰ ਜਾਂਦਾ ਜਿਹਨੂੰ ਇਹ ਬਾਣੀ ਇਹ ਨਾਮ ਸਤਸੰਗਤ ਦੇ ਵਿੱਚ ਬੈਠ ਕੇ ਸਪਰਸ਼ ਕਰ ਜਾਏ।
ਇਹ ਸਤਿਗੁਰ ਜੀ ਦੇ ਅੰਦਰ ਦੀ ਜਿਹੜੀ ਗੱਤ ਸੀ, ਅੰਦਰ ਦੀਆਂ ਭਾਵਨਾ, ਅੰਦਰ ਦੀ ਉਸਤਤੀ ਕਿ ਸਤਿਗੁਰ ਜੀ ਦੀ ਕਿਸ ਤਰ੍ਹਾਂ ਦੀ ਉਪਮਾ ਹੈ। ਜੇ ਕੋਈ ਪਤਿਤ ਵੀ ਆਉਂਦਾ ਤਾਂ ਸਤਿਗੁਰ ਜੀ ਨੂੰ ਪਾਵਨ ਕਰ ਦਿੰਦੇ। ਸਤਿਗੁਰ ਜੀ ਮੇਰ ਕਰਨ, ਸਮਾਂ ਸਮਾਪਤ ਹੈ। ਅਸ਼ਟਪਦੀਆਂ ਦੇ ਸ਼ਬਦ ਇੱਥੇ ਸਮਾਪਤ ਨੇ। ਕੱਲ੍ਹ ਹੁਣ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਾਰ ਦਾ ਆਰੰਭ ਹੋਏਗਾ। ਬਹੁਤ ਕੀਮਤੀ ਵਾਰ ਹੈ ਜੀ, ਇਹਦੀ ਉਚਾਰਨ ਵੀ ਬਹੁਤ ਜ਼ਰੂਰੀ ਹੈ ਜੀ ਸਮਝਣਾ, ਔਰ ਬੜਾ ਗੁੱਝੇ ਭੇਦ ਸਤਿਗੁਰੂ ਜੀ ਦੀ ਬਾਣੀ ਦੇ ਨੇ। ਆਪ ਸਾਰੇ ਆਇਓ ਜੀ, ਲਗਾਤਾਰ ਸਰਵਣ ਕਰਿਓ। ਸਤਿਗੁਰੂ ਜੀ ਮਿਹਰ ਕਰਨ।